ਮੇਰੀ ਪਿਆਰ ਭਰੀ ਸ਼ਸ਼ੀਕਾਲ ਸਾਰਿਆਂ ਨੂੰ ਮੈਂ ਹਰਜੀਤ ਕੌਰ ਸਫਲਤਾ ਦੇ ਰੁਕਵਿਚ ਤੁਹਾਡਾ ਵੈਲਕਮ ਕਰਦੀਆਂ ਕਿਵੇਂ ਹੋ ਸਾਰੇ ਹਾਂਜੀ ਜਿਵੇਂ ਤੁਹਾਨੂੰ ਪਤਾ ਹੈ ਪੀਪੀਐਸਸੀ ਦੇ ਅਸੀਂ ਐਮਸੀਕਿਊਜ਼ ਸ਼ੁਰੂ ਕੀਤੇ ਹੋਏ ਨੇ ਤੇ ਮੈਂ ਹਰਜੀਤ ਕੌਰ ਲੈ ਕੇ ਆਈਆਂ ਤੁਹਾਡੇ ਕੋਲ ਰੀਜ਼ਨਿੰਗ ਦਾ ਪਾਰਟ 7 ਤੇ ਰੀਜ਼ਨਿੰਗ ਵਿੱਚ ਕਿੱਦਾਂ ਕਿੱਦਾਂ ਦੇ ਕੁਐਸਚਨਸ ਆਣ ਦੀ ਉਮੀਦ ਆ ਮੋਸਟ ਐਕਸਪੈਕਟਿਡ ਕੁਐਸਚਨਸ ਅਸੀਂ ਉਹ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਤੇ ਕਿੱਦਾਂ ਕਿੱਦਾਂ ਕੁਐਸਚਨਸ ਆ ਸਕਦੇ ਨੇ ਉਹ ਅਸੀਂ ਸ਼ੁਰੂ ਕਰਦੇ ਹਾਂ ਦੇਖਦੇ ਹਾਂ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਅਕਾਊਂਟੈਂਟ ਦਾ ਪੇਪਰ ਹੋਇਆ ਹੁਣੇ ਉਹਦੇ ਵਿੱਚ 11 ਕੁਐਸਚਨ ਸੀਗੇ ਰੀਜ਼ਨਿੰਗ 'ਚ ਤੇ ਉਹਦੇ ਵਿੱਚ 5 ਕੁਐਸਚਨ ਤਾਂ ਪਜ਼ਲ ਦੇ ਹੀ ਸੀਗੇ 6 ਦੂਸਰੇ ਚੈਪਟਰਸ ਦੇ ਸੀਗੇ ਤਾਂ ਮਤਲਬ ਪਜ਼ਲ ਆਪਣੇ ਪੇਪਰ 'ਚ ਆਣੀ ਆਣਾ ਹੈ ਬੇਸ਼ੱਕ 11 ਕੁਐਸਚਨ ਹੋਣ 15 ਹੋਣ 20 ਹੋਣ 40 ਹੋਣ ਤਾਂ ਪਜ਼ਲ ਤਾਂ ਆਪਣਾ ਆਣਾ ਹੀ ਆਣਾ ਹੈ ਤਾਂ ਬਹੁਤ ਧਿਆਨ ਨਾਲ ਪਜ਼ਲ ਨੂੰ ਕਰਨਾ ਹੈ ਹਾਂਜੀ ਜਿਹੜੇ ਬੱਚੇ ਅੱਜ ਪਹਿਲੀ ਵਾਰ ਇਸ ਵੀਡੀਓ ਨੂੰ ਦੇਖ ਰਿਹਾ ਹੈ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਹਾਂਜੀ ਆਪਣੇ ਦੋ ਬੈਚਸ ਚੱਲ ਰਹੇ ਨੇ ਜਿਹੜਾ ਕਿ ਪਹਿਲਾ ਬੈਚ ਆ ਮਾਸਟਰ ਕੋਰਸ ਦਾ ਪੰਜਾਬ ਦੇ ਮਾਸਟਰ ਕੋਰਸ ਦਾ 25000 ਵੈਕੈਂਸੀਜ਼ ਵਾਲਾ ਹਾਂਜੀ ਤੇ ਦੂਸਰਾ ਬੈਚ ਆਪਣਾ 25 April ਤੋਂ ਸ਼ੁਰੂ ਹੋਣ ਵਾਲਾ ਹੈ ਅ ਨੈਪ تحصیلਦਾਰ ਲਈ ਕਰੰਟ ਅਫੇਅਰਸ ਲਈ ਹਾਂਜੀ ਕਰੰਟ ਅਫੇਅਰਸ ਦੀ ਤੁਹਾਨੂੰ ਸਾਲ ਦੀ ਜੀਕੇ ਕਰਵਾਈ ਜਾਏਗੀ ਉਹਦੇ ਵਿੱਚ ਤੇ ਇਹਨਾਂ ਦੋਨਾਂ ਦਾ ਲਿੰਕ ਤੁਹਾਡਾ ਡਿਸਕ੍ਰਿਪਸ਼ਨ ਬਾਕਸ ਚ ਦਿੱਤਾ ਹੋਇਆ ਤੇ ਜਿਨ੍ਹਾਂ ਨੇ ਕਲਾਸਿਸ ਨਹੀਂ ਲਗਾਨੀ ਲਾਈਵ ਕਲਾਸਿਸ ਹੋਣਗੀਆਂ ਜਿਨ੍ਹਾਂ ਨੇ ਲਾਈਵ ਕਲਾਸਿਸ ਨਹੀਂ ਲਗਾਨੀ ਉਹ ਰਿਕਾਰਡਡ ਵੀ ਲੈ ਸਕਦੇ ਨੇ ਪੀਡੀਐਫ ਵੀ ਲੈ ਸਕਦੇ ਨੇ ਨੋਟਸ ਵੀ ਲੈ ਸਕਦੇ ਨੇ ਤੇ ਇਹਦਾ ਸਬਦਾ ਡਿਸਕ੍ਰਿਪਸ਼ਨ ਆਪਣਾ ਟੈਲੀਗ੍ਰam ਚੈਨਲਸ ਤੇ ਦਿੱਤਾ ਹੋਇਆ ਥੱਲੇ ਵੀ ਦਿੱਤਾ ਹੋਇਆ ਚਲੋ ਵੱਦਦੇ ਆ ਕੁਐਸਚਨ ਕਿਵੇਂ ਕਿਵੇਂ ਆ ਸਕਦੇ ਨੇ ਹਾਂਜੀ ਪਹਿਲਾ ਕੁਐਸਚਨ ਪਹਿਲਾ ਕੁਐਸਚਨ ਆ ਆਪਣਾ ਬਲੱਡ ਰਿਲੇਸ਼ਨਸ਼ਿਪ ਦਾ ਕੋਡਡਿਡ ਰਿਲੇਸ਼ਨਸ਼ਿਪ ਦਾ ਕੁਐਸਚਨ ਚ ਕੀ ਕਹਿ ਰਿਹਾ ਕੁਐਸਚਨ ਚ ਕਹਿ ਰਿਹਾ ਏ ਪਲੱਸ ਬੀ ਮੀਨਸ ਏ ਇਜ਼ ਬ੍ਰਦਰ ਆਫ ਬੀ ਠੀਕ ਹੈ ਪਲੱਸ ਦਾ ਸਾਈਨ ਕਿੰਨੂੰ ਕਹਿ ਰਿਹਾ ਕਿ ਏ ਬ੍ਰਦਰ ਹੈ ਬੀ ਦਾ ਦੂਜੇ ਚ ਕੀ ਕਹਿ ਰਿਹਾ ਏ ਡਿਵਾਈਡ ਬਾਈ ਬੀ ਮੀਨਸ ਏ ਇਜ਼ ਫਾਦਰ ਆਫ ਬੀ ਡਿਵਾਈਡ ਦਾ ਮਤਲਬ ਕੀ ਕਹਿ ਰਿਹਾ ਕਿ ਏ ਫਾਦਰ ਹੈ ਬੀ ਦਾ ਤੀਜੇ ਚ ਕੀ ਕਹ ਰਿਹਾ ਏ ਮਲਟੀਪਲਾਈ ਬੀ ਮੀਨਸ ਏ ਇਸ ਸਿਸਟਰ ਆਫ ਬੀ ਏ ਸਿਸਟਰ ਹੈ ਬੀ ਦੀ ਹੁਣ ਸਾਨੂੰ ਕੁਐਸਚਨ ਚ ਕੀ ਪੁੱਛਿਆ ਕਿ ਐਮ ਇਸ ਅੰਕਲ ਆਫ ਪੀ ਹੁਣ ਦੇਖੋ ਇਹਦਾ ਲੌਂਗ ਮੈਥਡ ਤਾਂ ਸਭ ਨੂੰ ਆਉਂਦਾ ਕਿ ਸਾਰੀ ਆਪਸ਼ਨਸ ਚੈੱਕ ਕਰੋ ਠੀਕ ਹੈ ਲੌਂਗ ਮੈਥਡ ਕੀ ਹੈ ਸਾਰੀ ਆਪਸ਼ਨਸ ਨੂੰ ਚੈੱਕ ਕਰੋ ਹੁਣ ਅਸੀਂ ਸਿੱਖਦੇ ਹਾਂ ਸ਼ਾਰਟਕਟ ਹੁਣ ਦੇਖੋ ਸਾਨੂੰ ਕੀ ਕਿਹਾ ਹੈ ਕਿ ਐਮ ਅੰਕਲ ਚਾਹੀਦੇ ਨੇ ਹੁਣ ਸਭ ਤੋਂ ਪਹਿਲਾਂ ਚੈੱਕ ਕਰੋ ਐਮ ਕੀ ਚਾਹੀਦਾ ਹੈ ਮੇਲ ਚਾਹੀਦਾ ਹੈ ਐਮ ਕੀ ਚਾਹੀਦਾ ਹੈ ਮੇਲ ਤਾਂ ਮੇਰਾ ਆਨਸਰ ਉਹ ਆਏਗਾ ਜਿਹਦੇ ਵਿੱਚ ਐਮ ਤੋਂ ਇਮੀਡੀਏਟ ਬਾਅਦ ਕਿਹੜਾ ਨਿਸ਼ਾਨ ਹੋਏਗਾ ਮੇਲ ਦਾ ਹਾਂਜੀ ਹੁਣ ਮੇਲ ਦੇ ਸਾਈਨ ਦੇਖੋ ਆ ਜਿਹੜਾ ਪਲੱਸ ਹੈ ਉਹ ਕਿੰਨੂੰ ਡਿਨੋਟ ਕਰ ਰਿਹਾ ਬ੍ਰਦਰ ਨੂੰ ਜਿਹੜਾ ਡਿਵਾਈਡ ਹੈ ਉਹ ਕਿੰਨੂੰ ਡਿਨੋਟ ਕਰ ਰਿਹਾ ਫਾਦਰ ਨੂੰ ਜਿਹੜਾ ਮਲਟੀਪਲਾਈ ਆ ਉਹ ਕਿੰਨੂੰ ਡਿਨੋਟ ਕਰ ਰਿਹਾ ਸਿਸਟਰ ਨੂੰ ਤੇ ਮੇਲ ਦੇ ਸਾਈਨ ਆਪਣੇ ਕਿਹੜੇ ਹੋ ਗਏ ਪਲੱਸ ਤੇ ਡਿਵਾਈਡ ਮੇਲ ਦੇ ਸਾਈਨ ਕਿਹੜੇ ਹੋ ਗਏ ਪਲੱਸ ਤੇ ਡਿਵਾਈਡ ਮੇਰਾ ਆਨਸਰ ਉਹ ਆਏਗਾ ਜਿਹਦੇ ਬਾਅਦ m ਦੇ ਇਮੀਡੀਏਟ ਬਾਅਦ ਪਲੱਸ ਸਾਈਨ ਔਰ ਡਿਵਾਈਡ ਹੈ ਹੁਣ ਦੇਖੋ ਇਹਦੇ ਨਾਲ ਹੀ m ਕੀ ਹੋਏਗਾ ਮੇਲ ਹੋਏਗਾ ਚੈੱਕ ਕਰਦੇ ਆ ਹੁਣ ਸਭ ਤੋਂ ਪਹਿਲਾਂ m ਤੋਂ ਬਾਅਦ ਕੀ ਆ ਰਿਹਾ ਡਿਵਾਈਡ ਆ ਰਿਹਾ ਇੱਧਰ m ਤੋਂ ਬਾਅਦ ਨਹੀਂ ਆ ਰਿਹਾ ਇੱਧਰ m ਤੋਂ ਬਾਅਦ ਪਲੱਸ ਆ ਰਿਹਾ ਹੈ ਇੱਧਰ m ਤੋਂ ਬਾਅਦ ਮਲਟੀਪਲਾਈ ਆ ਰਿਹਾ ਤਾਂ ਆਪਣਾ ਆਨਸਰ ਕਿਹੜਾ ਹੋਏਗਾ a c ਜਾਂ none a c ਜਾਂ none ਆਪਾਂ ਨੇ b ਤੇ d ਚੈੱਕ ਹੀ ਨਹੀਂ ਕਰਨਾ ਬੀ ਤੇ ਡੀ ਵਿੱਚ ਐਮ ਕੀ ਆ ਰਿਹਾ ਹੋਏਗਾ ਫੀਮੇਲ ਆ ਰਿਹਾ ਹੋਏਗਾ ਜਾਂ ਜੈਂਡਰ ਹੀ ਨਹੀਂ ਆ ਰਿਹਾ ਹੋਏਗਾ ਹੁਣ ਸਾਨੂੰ ਕਨਫਰਮ ਹੈ ਐਮ ਕੀ ਚਾਹੀਦਾ ਸਾਨੂੰ ਮੇਲ ਚਾਹੀਦਾ ਤਾਂ ਐਮ ਤੇ ਇਮੀਡੀਏਟ ਬਾਅਦ ਮੇਲ ਦਾ ਸਾਈਨ ਹੋਣਾ ਚਾਹੀਦਾ ਹੁਣ ਅੱਗੇ ਉਹਨੇ ਕੀ ਕਹਤਾ ਅੰਕਲ ਹੁਣ ਅੰਕਲ ਕਿਹੜੇ ਹੁੰਦੇ ਆ ਪੈਟਰਨਲ ਹੁੰਦੇ ਆ ਜਾਂ ਮੈਟਰਨਲ ਹੁੰਦੇ ਆ ਅੰਕਲ ਕਿਹੜੇ ਹੋਣਗੇ ਪੈਟਰਨਲ ਜਾਂ ਮੈਟਰਨਲ ਹਾਂਜੀ ਮੈਟਰਨਲ ਅੰਕਲ ਲਈ ਆਪਾਂ ਕੀ ਕਵਾਂਗੇ ਮੰਮੀ ਦਾ ਬ੍ਰਦਰ ਮੈਟਰਨਲ ਅੰਕਲ ਲਈ ਕੀ ਕਵਾਂਗੇ ਮੰਮੀ ਦਾ ਬ੍ਰਦਰ ਹੁਣ ਇੱਥੇ ਦੇਖੋ ਕਿੱਥੇ ਮੰਮੀ ਆ ਰਹੀ ਹੈ ਨਹੀਂ ਆ ਰਹੀ ਮੰਮੀ ਦਾ ਬ੍ਰਦਰ ਤਾਂ ਆ ਹੀ ਨਹੀਂ ਰਿਹਾ ਕੀ ਆ ਰਿਹਾ ਪਾਪਾ ਦਾ ਬ੍ਰਦਰ ਠੀਕ ਹੈ ਮੰਮੀ ਦਾ ਮੰਮੀ ਤਾਂ ਹੈ ਹੀ ਨਹੀਂ ਪਾਪਾ ਦਾ ਬ੍ਰਦਰ ਤਾਂ ਆਪਣਾ ਆਨਸਰ ਉਹ ਆਏਗਾ ਜਿਦੇ ਵਿੱਚ ਪਾਪਾ ਤੇ ਬ੍ਰਦਰ ਦੋਨੋਂ ਸਾਈਨ ਹੋ ਪਾਪਾ ਦਾ ਸਾਈਨ ਕੀ ਹੈ ਡਿਵਾਈਡ ਤੇ ਬ੍ਰਦਰ ਦਾ ਸਾਈਨ ਕੀ ਹੈ ਪਲੱਸ ਤਾਂ ਮੇਰਾ ਆਨਸਰ ਹੋਏਗਾ ਜਿੱਥੇ ਡਿਵਾਈਡ ਤੇ ਪਲੱਸ ਦੋਨੋਂ ਆਣ ਜਿੱਥੇ ਡਿਵਾਈਡ ਤੇ ਪਲੱਸ ਦੋਨੋਂ ਆਣ ਹੁਣ ਆਪਸ਼ਨ ਚ ਦੇਖੋ ਇੱਧਰ ਡਿਵਾਈਡ ਤੇ ਬਾਤ ਕੀ ਆ ਰਿਹਾ ਮਲਟੀਪਲਾਈ ਡਿਵਾਈਡ ਤੇ ਪਲੱਸ ਚਾਹੀਦਾ इधर डिवाइड तो प्लस दोनों आ रहे हैं हम आपू चेक करा जो सी ना आ रहा हो तो अपना आंसर की होगा नन चलो सी चेक कर दिया की लिखया एम प्लस एस डिवाइड बाय आर प्लस पी एम प्लस एस हाँ जी एम प्लस एस इधर एम इधर एस की पढ़ा एम इज ब्रदर ऑफ एस की पढ़ा एम इज ब्रदर ऑफ एस एम ब्रदर ए एस का एम इज़ ब्रदर ऑफ एस एस डिवाइड बाय आर एस डिवाइड बाय आर इधर एस इधर आर की पढ़ेंगे एस इज़ फादर ऑफ आर एस कौन ने फादर ने आर दे एस इज़ फादर ऑफ आर आ बन गया अगे उन्हें की किया आर प्लस पी आर प्लस पी इथे आर इधर पी की पढ़ेंगे आर इज़ ब्रदर ऑफ पी आर की है ब्रदर है पी का आर इज ब्रदर ऑफ पी ਹੁਣ ਇੱਥੇ ਦੇਖੋ ਕੀ ਐਮ ਅੰਕਲ ਆ ਰਹੇ ਨੇ ਪੀ ਦੇ ਆ ਰਹੇ ਨੇ ਐਸ ਕੀ ਨੇ ਆਰ ਤੇ ਪੀ ਦੇ ਪਾਪਾ ਐਸ ਕੌਣ ਨੇ ਆਰ ਤੇ ਪੀ ਦੇ ਪਾਪਾ ਤੇ ਐਮ ਉਹਦੇ ਕੀ ਹੋਗੇ ਅੰਕਲ ਹੋਗੇ ਤਾਂ ਆਪਣਾ ਆਨਸਰ ਕੀ ਆਜੂਗਾ ਸੀ অপਸ਼ਨ ਜੇ ਆਪਣਾ ਸੀ ਨਾ ਆਂਦਾ ਤਾਂ ਆਪਣਾ ਆਨਸਰ ਕੀ ਆ ਜਾਣਾ ਸੀ ਨਨ ਆ ਜਾਣਾ ਸੀ ਠੀਕ ਹੈ ਚਲ ਅਗਲੇ ਕੁਐਸਚਨ ਵੱਲ ਵਧਦੇ ਆ ਅਗਲਾ ਕੁਐਸਚਨ ਕੀ ਕਹਿੰਦਾ ਹੈ ਅਗਲਾ ਕੁਐਸਚਨ ਹੈ ਆਪਣਾ ਕੈਲੰਡਰ ਦਾ ਕੁਐਸਚਨ ਚ ਕਹਿ ਰਿਹਾ ਜੇ 3 ਦਸੰਬਰ 2009 ਨੂੰ ਸੰਡੇ ਆ ਤਾਂ 3 ਜਨਵਰੀ 2010 ਨੂੰ ਕੀ ਹੋਏਗਾ ਹੁਣ ਇਹਨੂੰ ਕਰਨ ਦੇ ਦੋ ਤਰੀਕੇ ਨੇ ਪਹਿਲਾ ਤਰੀਕਾ 3 ਦਸੰਬਰ ਨੂੰ ਕੀ ਹੈ ਸੰਡੇ ਤਾਂ ਪਲੱਸ 7 ਕੀਤਾ 10 ਨੂੰ ਸੰਡੇ ਆ ਗਿਆ ਪਲੱਸ 7 ਕੀਤਾ 17 ਨੂੰ ਸੰਡੇ ਆ ਗਿਆ ਪਲੱਸ 7 ਕੀਤਾ 24 ਨੂੰ ਸੰਡੇ ਆ ਗਿਆ ਪਲੱਸ 7 ਕੀਤਾ 31 ਨੂੰ ਸੰਡੇ ਆ ਗਿਆ ਠੀਕ ਹੈ ਪਲੱਸ 7 ਕੀਤਾ ਕਿਹਨੇ ਆ ਗਿਆ 31 ਨੂੰ ਸੰਡੇ ਹੁਣ 3 ਜਨਵਰੀ ਨੂੰ ਕੀ ਹੋਏਗਾ 1 2 3 ਹੁਣ 3 ਜਨਵਰੀ ਨੂੰ ਮੰਡੇ ਟਿਊਜ਼ਡੇ ਵੈਡਨਸਡੇ ਤਾਂ 3 ਜਨਵਰੀ ਨੂੰ ਕੀ ਆ ਗਿਆ ਬੁੱਧਵਾਰ 3 ਜਨਵਰੀ ਨੂੰ ਕੀ ਹੋਏਗਾ ਬੁੱਧਵਾਰ ਚਲ ਹੁਣ ਇਹਦਾ ਦੂਸਰਾ ਤਰੀਕਾ ਸਿੱਖਦੇ ਹਾਂ ਹੁਣ ਦੂਸਰੇ ਤਰੀਕੇ ਵਿੱਚ ਆਪਾਂ ਕੀ ਕਰਨਾ ਹੈ ਆਡ ਡਿਸਕਾਊਂਟ ਕਰਨਾ ਹੈ ਠੀਕ ਹੈ ਆਡ ਡੇਸ ਹੁਣ ਆਡ ਡੇਸ ਕਿਵੇਂ ਕਾਊਂਟ ਕਰਦੇ ਆਂ 3 ਦਸੰਬਰ ਤੋਂ ਲੈ ਕੇ 3 ਜਨਵਰੀ ਦੇ ਵਿੱਚ ਡੇਸ ਕਾਊਂਟ ਕਰੋ ਪਹਿਲਾਂ ਫਿਰ ਆਡ ਡਿਸਕਾਊਂਟ ਕਰਾਂਗੇ ਹੁਣ ਦੇਖੋ ਜਦ ਵੀ ਆਪਾਂ ਡੇਸ ਕਾਊਂਟ ਕਰਨੇ ਆਪਾਂ ਬੋਥ ਡੇਸ ਨੂੰ ਨਹੀਂ ਕਾਊਂਟ ਕਰਨਾ 3 ਦਸੰਬਰ ਨੂੰ ਵੀ ਤੇ 3 ਜਨਵਰੀ ਨੂੰ ਵੀ ਦੋਨਾਂ ਚੋਂ ਇੱਕੋ ਹੀ ਕਾਊਂਟ ਕਰਨਾ ਠੀਕ ਹੈ ਬੋਥ ਨਹੀਂ ਹੋਣਗੇ ਦੋਨਾਂ ਚੋਂ ਇੱਕੋ ਹੋਏਗਾ ਹੁਣ ਜੇ ਮੈਂ 3 ਦਸੰਬਰ ਨੂੰ ਕਾਊਂਟ ਕਰਾਂਗੀ ਤਾਂ ਮੈਂ ਜਨਵਰੀ ਦੇ ਕਿੰਨੇ ਦਿਨ ਲਵਾਂਗੀ ਦੋ ਠੀਕ ਹੈ ਜਨਵਰੀ ਦੇ ਦੋ ਲਵਾਂਗੀ ਤਿੰਨ ਨਹੀਂ ਲਵਾਂਗੀ ਠੀਕ ਹੈ ਚਲੋ ਹੁਣ 3 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਕਿੰਨੇ ਦਿਨ ਹੋਗੇ ਹੁਣ ਦੇਖੋ ਦਸੰਬਰ ਦਾ ਮਹੀਨਾ ਕਿੰਨਾਂ ਦਾ ਹੈ ਤਾਂ ਆਪਾਂ 1 ਤੇ 2 ਮਾਈਨਸ ਕਰ ਦਿੰਦੇ ਹਾਂ ਤਾਂ ਦਸੰਬਰ ਦੇ ਕਿੰਨੇ ਦਿਨ ਹੋਗੇ 29 ਹੋਗੇ ਠੀਕ ਹੈ ਪਹਿਲੇ ਦੋ ਦਿਨ ਮੈਂ ਮਾਈਨਸ ਕਰਤੇ ਐਦਾਂ ਹੀ ਜਨਵਰੀ ਦੇ ਮੈਂ ਦੋ ਦਿਨ ਐਡ ਕਰਨੇ ਆ ਤਾਂ ਕਿੰਨਾ ਹੋ ਗਿਆ 31 ਹਾਂਜੀ ਕਿੰਨਾ ਆ ਗਿਆ 31 ਤਾਂ ਆਪਣੇ ਕੋਲ ਕਿੰਨੇ ਦਿਨ ਆ ਗਏ 31 ਦਿਨ ਆ ਗਏ ਹੁਣ 31 ਵਿੱਚ ਆਡ ਡੇਸ ਕਾਊਂਟ ਕਰੋ ਹੁਣ 31 ਵਿੱਚ ਆਡ ਡੇਸ ਕਾਊਂਟ ਕੀਤੇ 7 ਚੌਕੇ 28 3 اور ڈیز ہاں جی 3 اور ڈیز اور ڈیز ਦਾ ਕੀ ਮਤਲਬ ਹੁੰਦਾ ਹੈ 3 ਦਿਨ ਵਾਧੂ ਇਹਦਾ ਮਤਲਬ ਹੁੰਦਾ ਹੈ 4 ਹਫਤੇ ਪਲੱਸ 3 ਦਿਨ ਠੀਕ ਹੈ 4 ਵੀਕਸ ਪਲੱਸ 3 اور ڈیز ਹਫਤੇ ਤੋਂ ਬਾਅਦ ਤਾਂ ਫੇਰ ਹੀ ਉਹ ਦਿਨ ਆ ਜਾਊਗਾ ਜਿਵੇਂ ਕਿ ਆਪਾਂ ਕੀਤਾ ਸੀ 4 ਹਫਤੇ 1 2 3 4 4 ਹਫਤੇ ਪਲੱਸ 3 ਦਿਨ ਵਾਧੂ ਠੀਕ ਹੈ ਤਾਂ ਆਪਣਾ ਆਨਸਰ ਕੀ ਆ ਜਾਊਗਾ 3 ਦਿਨ ਵਧਾਣਿਆ ਹੁਣ ਐਤਵਾਰ ਦਿੱਤਾ ਹੈ 3 ਦਿਨ ਵਧਾਵਾਂਗੇ ਸੋਮਵਾਰ ਮੰਗਲਵਾਰ ਬੁੱਧਵਾਰ ਤਾਂ ਆਪਣਾ ਆਨਸਰ ਕੀ ਆ ਗਿਆ ਬੁੱਧਵਾਰ ਪਾਵੇਂ ਇਸ ਤਰੀਕੇ ਨਾਲ ਕਰੀਏ ਪਾਵੇਂ ਇਸ ਤਰੀਕੇ ਨਾਲ ਕਰੀਏ ਅਨਸਰ ਕੀ ਆਇਆ ਬੁੱਧਵਾਰ ਚਲ ਅਗਲੇ ਕੁਐਸਚਨ ਵੱਲ ਵਧਦੇ ਆਂ ਅਗਲਾ ਕੁਐਸਚਨ ਕੀ ਕਹਿੰਦਾ ਹੈ ਹਾਂਜੀ ਅਗਲਾ ਕੁਐਸਚਨ ਵੀ ਕੈਲੰਡਰ ਦਾ ਹੈ ਹੁਣ ਇਹਦੇ ਲਈ ਆਪਾਂ ਨੂੰ ਇੱਕ ਦੋ ਤਰੀਕੇ ਨਾਲ ਹੋ ਸਕਦਾ ਹੈ ਕੁਐਸਚਨ ਪਰ ਮੈਂ ਤੁਹਾਨੂੰ ਇੱਕੋ ਤਰੀਕੇ ਨਾਲ ਕਰਾਉਂਗੀ ਜਿਹੜਾ ਬਹੁਤ ਹੀ ਸੌਖਾ ਹੈ ਹਾਂਜੀ ਜੇ ਤੁਸੀਂ ਨੋਟਿਸ ਕੀਤਾ ਹੋਏ ਜੇ ਆਪਣਾ ਬਰਥਡੇ ਇਸ ਸਾਲ ਮੰਡੇ ਆ ਰਿਹਾ ਹੈ ਤੇ ਆਰਡੀਨਰੀ ਈਅਰ ਹੈ ਤਾਂ ਅਗਲੇ ਸਾਲ ਕਦੋਂ ਆਊਗਾ ਮੰਗਲਵਾਰ ਆਊਗਾ ਜੇ ਫੇਰ ਆਰਡੀਨਰੀ Year ਆ ਤਾਂ ਅਗਲੇ ਸਾਲ ਕਦੋਂ ਆਊਗਾ ਬੁੱਧਵਾਰ ਆਊਗਾ ਪਰ ਜੇ ਲੀਪ Year ਹੋਏ ਤਾਂ ਦੋ ਦਿਨ ਵਾਜ ਜਾਂਦਾ ਠੀਕ ਹੈ ਲੀਪ Year ਹੋਏ ਤਾਂ ਦੋ ਦਿਨ ਵਾਜ ਜਾਂਦਾ ਹੁਣ ਆਪਾਂ ਆਹੀ ਤਰੀਕਾ ਇੱਥੇ ਲਾਣਾ ਉਹਨੇ ਕਿਹਾ 17 ਦਸੰਬਰ 2009 ਨੂੰ ਕੀ ਹੈ ਸ਼ਨੀਵਾਰ 17 ਦਸੰਬਰ 2009 ਨੂੰ ਕੀ ਹੈ 2009 ਨੂੰ ਕੀ ਹੈ ਸ਼ਨੀਵਾਰ ਹੁਣ ਦੇਖੋ ਅਗਲੀ 17 ਦਸੰਬਰ ਆ ਕੀ ਹੈ ਆਰਡੀਨਰੀ Year ਆ ਅਗਲੀ 17 ਦਸੰਬਰ ਆਰਡੀਨਰੀ Year संडे आऊगा अगली सतारा दिसंबर मंडे आऊगा ठीक है दो हजार दस भी की है नहीं आया नहीं आया अगली सतारा दिसंबर की आ गया ट्यूसडे आ गया आ दो सॉरी आप गलत गए आ देखो दो दिसंबर 2010 तक संडे आ गया 17 دسمبر 2011 ਆਰਡੀਨਰੀイヤー ਤਾਂ ਕੀ ਆ ਜਾਏਗਾ ਮੰਡੇ ਹੁਣ 17 دسمبر 2012 ਹੁਣ ਆ ਦੇਖੋ 2012 ਲੀਪイヤー ਤਾਂ ਦੋ ਦਿਨ ਵਾਜ ਜਾਣਗੇ ਤੇ ਜਦੋਂ ਆਪਣਾ ਬਰਥਡੇ ਆਊਗਾ ਲੀਪイヤー ਚ ਤਾਂ ਆਪਣੇ ਦੋ ਦਿਨ ਐਕਸਟਰਾ ਹੋ ਜਾਣਗੇ ਤਾਂ ਆਪਣਾ ਆ ਗਿਆ ਬੁੱਧਵਾਰ ਹੁਣ ਸਾਨੂੰ ਕੀ ਪੁੱਛਿਆ 22 ਦਸੰਬਰ ਨੂੰ ਦੱਸੋ ਕਿਹੜਾ ਦਿਨ ਆਏਗਾ ਹੁਣ 22 ਦਸੰਬਰ ਨੂੰ ਕੀ ਆਏਗਾ ਦੇਖੋ 17 ਨੂੰ ਬੁੱਧਵਾਰ ਆ ਗਿਆ 18 19 20 21 22 ਆ ਬੁੱਧਵਾਰ ਹੈ ਥਰਸਡੇ ਫਰਾਈਡੇ ਸੈਟਰਡੇ ਸੰਡੇ ਮੰਡੇ ਤਾਂ 22 ਤਰੀਕ ਨੂੰ ਕੀ ਆ ਗਿਆ ਮੰਡੇ ਆ ਗਿਆ ਤਾਂ ਆਪਣਾ ਕਿਹੜਾ ਆਨਸਰ ਆ ਗਿਆ ਡੀ অপਸ਼ਨ ਹਾਂਜੀ ਉਹਨੇ ਦਾ ਇੱਕ ਦੂਸਰਾ ਤਰੀਕਾ ਵੀ ਹੈ 22 ਦਸੰਬਰ 2012 ਨੂੰ ਕੱਢਣਾ ਹੈ ਤਾਂ ਆਪਣੇ ਕੋਲ ਇੱਕ ਮੈਥਡ ਹੁੰਦਾ ਹੈ ਟ੍ਰਿਕ ਹੁੰਦੀ ਹੈ ਜਿਦੇ ਵਿੱਚ ਆਪਣੇ ਕੋਲ ਕੋਡਸ ਹੁੰਦੇ ਆ ਉਦੋਂ ਆਪਾਂ ਕੱਢ ਸਕਦੇ ਹਾਂ ਠੀਕ ਹੈ ਪਰ ਉਹ ਮੈਂ ਹਜੇ ਨਹੀਂ ਸਿਖਾਉਂਗੀ ਨੈਕਸਟ ਕੁਐਸਚਨ 'ਚ ਸਿਖਾਵਾਂਗੀ ਜਦੋਂ ਨੈਕਸਟ ਕੁਐਸਚਨ ਆਊਗਾ ਕੈਲੰਡਰ ਦਾ ਚਲ ਨੈਕਸਟ ਕੁਐਸਚਨ ਹੈ ਆਪਣਾ ਕਲਾਸੀਫਿਕੇਸ਼ਨ ਦਾ ਕੁਐਸਚਨ ਚ ਕਹਿ ਰਿਹਾ ਫਾਈਂਡ ਦੀ ਆਡ ਵਨ ਆਊਟ ਜਿਹੜਾ ਵੱਖਰਾ ਹੈ ਉਹ ਦੱਸੋ ਕਿਹੜਾ ਵੱਖਰਾ ਹੈ ਉਹ ਦੱਸਣਾ ਹੁਣ ਇਹਦੇ ਵਿੱਚ ਦੇਖੋ ਕੋਡਿੰਗ ਡੀਕੋਡਿੰਗ ਵੀ ਯੂਜ਼ ਹੋ ਰਹੀ ਹੈ ਬ੍ਰਦਰ ਨੂੰ ਕੁਮਾ ਫिरा ਕੇ ਬ੍ਰਦਰ ਨੂੰ ਕੁਮਾ ਫिरा ਕੇ ਕੀ ਲਿਖਿਆ ਹੈ ਡੀਓਆਰ ਵੀਈਐਚਟੀ ਬਰਦਰ ਨੂੰ ਕੁਮਾਫਿਦਾ ਕਿੱਦਾਂ ਲਿਖਿਆ ਹੁਣ ਇਹਦੇ ਵਿੱਚ ਆਪਾਂ ਨੇ ਕੋਡਿੰਗ ਡੀਕੋਡਿੰਗ ਵੀ ਯੂਜ਼ ਕਰਨੀ ਆ ਹੁਣ ਇਹ ਦੇਖਣਾ ਕਿ ਕਿਵੇਂ ਯੂਜ਼ ਹੋ ਰਿਹਾ ਦੋ ਤੋਂ ਚਾਰ ਇੱਥੇ ਹੋ ਰਿਹਾ ਪਲੱਸ 2 ਆ ਇੰਟਰਚੇਂਜ ਹੋ ਰਿਹਾ ਵੀ ਤੋਂ ਬਾਈ ਪਲੱਸ 2 ਆ ਇੰਟਰਚੇਂਜ ਹੋ ਰਿਹਾ 18 ਤੋਂ 20 ਪਲੱਸ 2 ਹੁਣ ਕੀ ਹੋ ਰਿਹਾ ਪਹਿਲਾ ਪਲੱਸ 2 ਹੋ ਰਿਹਾ ਫਿਰ ਦੋ ਇੰਟਰਚੇਂਜ ਹੋਏ ਫਿਰ ਪਲੱਸ 2 ਹੋਇਆ ਫਿਰ ਦੋ ਇੰਟਰਚੇਂਜ ਹੋਏ ਫਿਰ ਪਲੱਸ 2 ਹੋਇਆ ਹੁਣ ਐਦਾਂ ਹੀ ਆਪਾਂ ਅਗਲੇ 'ਚ ਚੈੱਕ ਕਰਨਾ ਜਿਹਦੇ 'ਚ ਨਹੀਂ ਹੋ ਰਿਹਾ ਉਹ ਆਪਣਾ ਵੱਖਰਾ ਹੋ ਜਾਊਗਾ ਚਲੋ ਅਗਲਾ ਚੈੱਕ ਕਰਦੇ ਆਂ ਇੰਗਲਿਸ਼ ਜੀ ਜੀ ਐਨ ਐਨ ਐਸ ਆਈ ਜੀ ਹੁਣ ਇਹਦੇ ਵਿੱਚ ਦੇਖੋ ਆਪਾਂ ਕਿਹਾ 5 ਤੇ 7 2 ਵਧਿਆ ਆਹ ਇੰਟਰਚੇਂਜ ਹੋ ਗਏ 12 ਤੇ 14 ਆ ਵੀ 2 ਵਧ ਗਿਆ ਆਹ ਇੰਟਰਚੇਂਜ ਹੋ ਗਏ 8 ਤੋਂ 10 ਆ ਵੀ 2 ਵਧ ਗਿਆ ਤਾਂ ਤਾਂ ਸੇਮ ਹੋ ਗਿਆ ਹੁਣ ਅਗਲਾ ਚੈੱਕ ਕਰਦੇ ਆਂ ਹੁਣ ਇਹਦੇ ਵਿੱਚ ਦੇਖੋ ਆਪਣਾ ਟਾਈਮ ਵਾਧੂ ਲੱਗ ਜਾਣਾ ਠੀਕ ਹੈ ਕਿਉਂਕਿ ਆਪਾਂ ਨੂੰ ਚੈੱਕ ਕਰਨਾ ਹੀ ਪੈਣਾ ਹੈ ਔਰ ਕੋਈ ਸ਼ਾਰਟਕਟ ਨਹੀਂ ਹੈ ਦਾ ਹੁਣ ਇੱਧਰ ਆਪਾਂ ਦੇਖਿਆ ਇੰਟਰਚੇਂਜ ਇੰਟਰਚੇਂਜ ਏ ਤੋਂ ਸੀ 2 ਵਧਿਆ ਹੈ 20 ਤੋਂ ਬਾਈ 2 ਵਧਿਆ ਹੈ 18 ਤੋਂ 20 ਵੀ 2 ਵਧਿਆ ਹੁਣ ਆਪਣੇ ਕੋਲ ਆਹੀ ਆਪਸ਼ਨ ਬਚ ਗਈ ਅਨ ਨੂੰ ਆਪਾਂ ਛੱਡ ਵੀ ਸਕਦੇ ਹਾਂ ਕਿਉਂਕਿ ਆਪਣੇ ਕੋਲ ਚਾਰ ਹੀ ਆਪਸ਼ਨਸ ਆਣੀਆਂ ਨੇ ਸਟੇਟਸ ਤਾਂ ਆਪਣੇ ਕੋਲ ਕਿਹੜਾ ਆਡ ਵਨ ਆਊਟ ਹੋ ਗਿਆ ਡੀ ਬਾਕੀ ਇਹ ਚੈੱਕ ਕਰ ਲੋ 2 ਤੋਂ 4 2 ਵਧਿਆ 23 ਤੋਂ 26 3 ਵਧ ਗਿਆ 23 ਤੋਂ 26 ਕਿੰਨਾ ਵਧ ਗਿਆ 3 ਤਾਂ ਇਹ ਆਡ ਵਨ ਆਊਟ ਹੋ ਗਿਆ ਚਲੋ ਨੈਕਸਟ ਕੁਐਸਚਨ ਦੇਖਦੇ ਆਂ ਨੈਕਸਟ ਕੁਐਸਚਨ ਕੀ ਕਹਿੰਦਾ ਹੈ ਹਾਂਜੀ ਨੈਕਸਟ ਕੁਐਸਚਨ ਹੈ ਆਪਣਾ ਬਲੱਡ ਰਿਲੇਸ਼ਨਸ਼ਿਪ ਦਾ ਠੀਕ ਹੈ ਬਲੱਡ ਰਿਲੇਸ਼ਨਸ਼ਿਪ ਦੇ ਕੁਐਸਚਨਸ ਆਪਾਂ ਅਸਿਊਮ ਕਰਕੇ ਵੀ ਕਰ ਸਕਦੇ ਆਂ ਭਾਵੇਂ ਬਣਾ ਕੇ ਵੀ ਕਰ ਸਕਦੇ ਆਂ ਠੀਕ ਹੈ ਇਹਨੂੰ ਅਸਿਊਮ ਕਰ ਲਓ ਭਾਵੇਂ ਬਣਾ ਕੇ ਕਰ ਲਓ ਹੁਣ ਕੁਐਸਚਨ 'ਚ ਕੀ ਕਿਹਾ ਪੁਆਇੰਟਿੰਗ ਟੂ ਰਵਿੰਦਰ ਰਵਿੰਦਰ ਨੂੰ ਪੁਆਇੰਟ ਆਊਟ ਕਰਨਾ ਹਾਂਜੀ ਮੈਂ ਬਿਲਕੁਲ ਬੇਸਿਕ ਤੋਂ ਨਹੀਂ ਦੱਸ ਰਹੀ ਤੁਹਾਨੂੰ ਮੈਂ ਇੰਨੀਆਂ ਵੀਡੀਓਜ਼ ਪਾ ਚੁੱਕੀਆਂ 6 7ਵੀਂ ਵੀਡੀਓ ਹੈ ਤੁਹਾਨੂੰ ਦੱਸ ਕਿਆਂ ਫੈਮਿਲੀ ਰਿਲੇਸ਼ਨਸ ਕਿਵੇਂ ਬਣਾਣੇ ਨੇ ਜਨਰੇਸ਼ਨ ਗ ਠੀਕ ਹੈ ਸੇਮ ਜਨਰੇਸ਼ਨ ਮੇਲ ਲਈ ਪਲੱਸ ਫੀਮੇਲ ਲਈ ਮਾਈਨਸ ਰਵਿੰਦਰ ਨੂੰ ਪੁਆਇੰਟ ਆਊਟ ਕਰਕੇ ਰੀਨਾ ਬੋਲੀ ਹਾਂਜੀ ਰੀਨਾ ਕਦੋਂ ਬਣੇਗੀ ਜਦੋਂ ਵਰਡ ਆਏਗਾ ਮਾਈ ਠੀਕ ਹੈ ਜਦੋਂ ਵਰਡ ਆਏਗਾ ਮਾਈ ਹਿਸ ਹਰ ਤਾਂ ਰੀਨਾ ਸੀ ਉਦੋਂ ਬਣਾਣੀ ਹੈ ਰਵਿੰਦਰ ਨੂੰ ਪੁਆਇੰਟ ਆਊਟ ਕਰਕੇ ਰੀਨਾ ਨੇ ਕਿਹਾ ਹੀ ਇਜ਼ ਦਿਸ son ਆ ਮੁੰਡਾ ਆ ਪਲੱਸ ਸਾਈਨ ਪਾਤਾ ਐ ਮੁੰਡਾ ਕਿਹਦਾ ਮੁੰਡਾ ਹੈ ਮਾਈ ਮਦਰਸ ਬ੍ਰਦਰਸ ਵਾਈਫ ਐ ਮੁੰਡਾ ਹੈ ਮੇਰੀ ਮੰਮੀ ਦੇ ਭਰਾ ਦੀ ਵਾਈਫ ਦਾ ਇਹ ਮੁੰਡਾ ਹੈ ਕਿਹਦਾ ਮੁੰਡਾ ਹੈ ਮੇਰੀ ਮਾਈਵੜ ਆ ਮੇਰੀ ਮੰਮੀ ਦੇ ਭਰਾ ਦੀ ਵਾਈਫ ਉਹਨੇ ਕਿਹਾ ਇਹ ਮੁੰਡਾ ਹੈ ਕਿਹਦਾ ਮੇਰੀ ਮੰਮੀ ਦੇ ਭਰਾ ਦੀ ਵਾਈਫ ਇੱਕੋ ਤਰੀਕੇ ਨਾਲ ਜੇ ਦੇਖਿਆ ਜਾਏ ਮਾਮਾ ਮਾਮੀ ਦਾ ਮੁੰਡਾ ਹੈ ਕਿਹਦਾ ਮੁੰਡਾ ਹੈ ਮਾਮਾ ਮਾਮੀ ਦਾ ਮੁੰਡਾ ਹੁਣ ਕੁਐਸਚਨ ਚ ਪੁੱਛ ਰਿਹਾ ਰੀਨਾ ਰਵਿੰਦਰ ਦੀ ਕੀ ਲੱਗੀ ਹਾਂਜੀ ਰੀਨਾ ਰਵਿੰਦਰ ਦੀ ਕੀ ਲੱਗੀ ਹੁਣ ਰੀਨਾ ਤੇ ਰਵਿੰਦਰ ਆਪਸ ਵਿੱਚ ਕੀ ਹੋਗੇ ਕਜ਼ਨ ਹੋਗੇ ਤਾਂ ਰੀਨਾ ਰਵਿੰਦਰ ਦੀ ਕੀ ਲੱਗੀ ਕਜ਼ਨ ਸਿਸਟਰ ਹਾਂਜੀ ਹੁਣ ਅੰਗਰੇਜ਼ੀ ਵਾਲੇ ਟੀਚਰਸ ਕਹਿੰਦੇ ਨੇ ਕਜ਼ਨ ਸਿਸਟਰ ਕਜ਼ਨ ਬ੍ਰਦਰ ਨਹੀਂ ਹੁੰਦਾ ਕੋਈ ਵਰਡ ਪਰ ਜੇ ਰੀਜ਼ਨਿੰਗ ਚ ਐਦਾਂ ਦਾ ਕੁਐਸਚਨ ਆ ਜਾਏ ਤਾਂ ਜੈਂਡਰ ਨੂੰ ਸਪੈਸੀਫਾਈ ਕਰਨ ਲਈ ਕਜ਼ਨ ਸਿਸਟਰ ਜਾਂ ਕਜ਼ਨ ਬ੍ਰਦਰ ਵੀ ਹੋ ਸਕਦਾ ਹੈ ਚਲ ਅਗਲੇ ਕੁਐਸਚਨ ਚ ਦੇਖਦੇ ਆ ਅਗਲਾ ਕੁਐਸਚਨ ਵੀ ਕਿਹੜਾ ਹੈ ਬਲੱਡ ਰਿਲੇਸ਼ਨਸ਼ਿਪ ਦਾ ਦੇਖਦੇ ਆ ਕੀ ਕਹੇ ਰਿintroducing a man ਇੱਕ ਮੈਨ ਨੂੰ ਇੰਟਰੋਡਿਊਸ ਕੀਤਾ ਠੀਕ ਹੈ ਹੁਣ ਆਪਾਂ ਇਹਨੂੰ ਅਸਿਊਮ ਕਰਕੇ ਕਰ ਲੈਨੇ ਆ ਹੁਣ ਅਸਿਊਮ ਕਦੋਂ ਕਰਦੇ ਆ ਜਦੋਂ ਆਪਣੇ ਕੋਲ ਪੁਆਇੰਟਿੰਗ ਟੂ ਵਾਲੇ ਕੁਐਸਚਨਸ ਹੁੰਦੇ ਆ ਹੁਣ ਅਸਿਊਮ ਕਿੰਨੂੰ ਕਰਨਾ ਹੈ ਊਮਨ ਨੂੰ ਸਪੀਕਰ ਨੂੰ ਜਿਹੜੀ ਸਪੀਕਰ ਆ ਉਹ ਤੁਸੀਂ ਹੋ ਜਿਹੜੀ ਸਪੀਕਰ ਆ ਉਹ ਕੌਣ ਆ ਤੁਸੀਂ ਹੁਣ ਜਦ ਵੀ ਅਸਿਊਮ ਕਰਕੇ ਕੁਐਸਚਨ ਕਰਨੇ ਆ ਆਪਾਂ ਕੁਐਸਚਨ ਕਿਧਰੋਂ ਪੜਨਾ ਹੈ ਪਿੱਛੇ ਤੋਂ ਠੀਕ ਹੈ ਕੁਐਸਚਨ ਨੂੰ ਕਿਧਰੋਂ ਪੜਨਾ ਹੈ ਪਿੱਛੇ ਤੋਂ ਊਮਨ ਕਹਿ ਰਹੀ ਹੈ ਮੇਰੇ ਪਾਪਾ ਹੁਣ ਮੇਰੇ ਪਾਪਾ ਮੇਰੇ ਪਾਪਾ ਦੀ ਓਨਲੀ ਡਾਟਰ ਹੁਣ ਮੇਰੇ ਪਾਪਾ ਦੀ ਓਨਲੀ ਡਾਟਰ ਕੌਣ ਹੋਗੀ ਆਪ ਹੋਗੀ ਫਿਰ ਉਹਨੇ ਕਿਹਾ ਹਿਸ ਵਾਈਫ ਹੁਣ ਆ ਕੀ ਦੀ ਗੱਲ ਹੋ ਰਹੀ ਸੀਗੀ ਇਸ ਬੰਦੇ ਦੀ ਚਲ ਹੁਣ ਇਹਨੂੰ ਬਣਾ ਕੇ ਕਰਦੇ ਆ ਇਹ ਬਣੇਗਾ ਨਹੀਂ ਆਪਣਾ ਕਿਉਂਕਿ ਹਿਸ ਵਾਈਫ ਆ ਗਿਆ ਓਨਲੀ ਡਾਟਰ ਤਾਂ ਆਪ ਹੋਗੀ ਹੁਣ ਇਹਨੂੰ ਬਣਾ ਕੇ ਸਿੱਖ ਲੈਨੇ ਆ ਇੰਟਰਡਿਊਸਿੰਗ ਅ ਮੈਨ ਮੈਨ ਨੂੰ ਇੰਟਰਡਿਊਸ ਕੀਤਾ ਵੂਮਨ ਨੇ ਕਿਹਾ ਠੀਕ ਹੈ ਹਿਸ ਵਾਈਫ ਇਹਦੀ ਜਿਹੜੀ ਵਾਈਫ ਆ ਇਹਦੀ ਜਿਹੜੀ ਵਾਈਫ ਆ ਇਸ ਦੀ ਓਨਲੀ ਡਾਟਰ ਐ ਇਕਲੌਤੀ ਬੇਟੀ ਐ ਕਿਦੀ ਮੇਰੇ ਪਾਪਾ ਦੀ ਐ ਇਕਲੌਤੀ ਬੇਟੀ ਐ ਸਪੀਕਰ ਦੇ ਪਾਪਾ ਦੀ ਹੁਣ ਦੇਖੋ ਉਹਨੇ ਕਿਹਾ ਐ ਇਕਲੌਤੀ ਬੇਟੀ ਆ ਸਪੀਕਰ ਵੀ ਔਮੈਨ ਐ ਐ ਇਕਲੌਤੀ ਬੇਟੀ ਐ ਕਿਦੀ ਮੇਰੇ ਪਾਪਾ ਦੀ ਮੇਰੇ ਪਾਪਾ ਦੀ ਇਕਲੌਤੀ ਬੇਟੀ ਆ ਮਤਲਬ ਸਪੀਕਰ ਆ ਖੁਦ ਆ ਗਿਆ ਸਪੀਕਰ ਐ ਖੁਦ ਆ ਗਿਆ ਹੁਣ ਕੁਐਸਚਨ ਚ ਪੁੱਛ ਰਿਹਾ ਮੈਨ ਵੂਮਨ ਦਾ ਕੀ ਲੱਗਿਆ ਹਾਂਜੀ ਮੈਨ ਮੈਨ ਕਿਹੜਾ ਸੀਗਾ ਆਹ ਵਾਲਾ ਆਹਾਂ ਮੈਨ ਇਸ ਵੂਮਨ ਦਾ ਕੀ ਲੱਗਿਆ ਆ ਮੈਨ ਇਸ ਵੂਮਨ ਦਾ ਕੀ ਲੱਗਿਆ ਹਸਬੈਂਡ ਲੱਗਿਆ ਠੀਕ ਹੈ ਤਾਈ ਆਪਣਾ ਅਸਿਊਮ ਕਰਕੇ ਨਹੀਂ ਹੋਇਆ ਕਿਉਂਕਿ ਆਪਣੇ ਕੋਲ ਇਸ ਤੋਂ ਬਾਅਦ ਵਾਈਫ ਹਿਸ ਵਾਈਫ ਆ ਗਿਆ ਜਦ ਕਿ ਉਹ ਤਾਂ ਫੀਮੇਲ ਸੀਗੀ ਚੱਲ ਅਗਲੇ ਕੁਐਸਚਨ ਵੱਲ ਵਧਦੇ ਆ ਅਗਲਾ ਕੁਐਸਚਨ ਕੀ ਕਹਿੰਦਾ ਹਾਂਜੀ ਅਗਲਾ ਕੁਐਸਚਨ ਹੈ ਆਪਣਾ ਕੋਡਿੰਗ ਡੀਕੋਡਿੰਗ ਦਾ ਕੋਡਿੰਗ ਡੀਕੋਡਿੰਗ ਚ ਆਪਾਂ ਨੇ ਕੀ ਯਾਦ ਰੱਖਣਾ ਹੈ ਜੇ ਆਪਣੇ ਉੱਪਰ ਵਾਲੇ ਤੇ نیچے ਵਾਲੇ ਅਲਫਾਬੈਟ ਸੇਮ ਹੋਣ ਉੱਪਰ ਵਾਲੇ ਤੇ نیچے ਵਾਲੇ ਅਲਫਾਬੈਟਸ ਕੀ ਹੋਣ ਸੇਮ ਤਾਂ ਆਪਣੇ ਕੋਲ ਜਾਂ ਤਾਂ ਜੰਬਲਿੰਗ ਹੋ ਰਹੀ ਹੋਗੀ ਜਾਂ ਰਿਵਰਸ ਠੀਕ ਹੈ ਪਰ ਜੇ ਉੱਪਰ ਤੇ نیچے ਵਾਲੇ ਅਲਫਾਬੈਟਸ ਬਿਲਕੁਲ ਵੱਖਰੇ ਹੋਣ ਉੱਪਰ ਦੇ نیچے ਵਾਲੇ ਅਲਫਾਬੈਟਸ ਬਿਲਕੁਲ ਵੱਖਰੇ ਤਾਂ ਆਪਾਂ ਕੀ ਕਰਨਾ ਇਹਨੂੰ ਹਾਫ ਪੋਜੀਸ਼ਨ ਵੈਲਿਊਜ਼ ਪਾਣੀ ਹੈ ਚਲੋ ਪੋਜੀਸ਼ਨ ਵੈਲਿਊਜ਼ ਪਾਣੇ ਆ ਦੇਖੋ ਦੋਨੋਂ ਅਲੱਗ-ਅਲੱਗ ਨੇ C3 U21 R18 right to vote 219224421819 ਹੁਣ ਇਹਦੇ ਵਿੱਚ ਕੀ ਹੋ ਰਿਹਾ ਇਹਨੂੰ ਹਾਫ ਚ ਡਿਵਾਈਡ ਕਰ ਰਿਹਾ ਇਹਨੂੰ ਹਾਫ ਚ ਡਿਵਾਈਡ ਕਰਤਾ A ਦਾ B C ਦਾ D 18 ਦਾ 19 21 ਦਾ 22 ਆ ਕੀ ਹੋ ਰਿਹਾ ਅੱਧੇ ਚ ਡਿਵਾਈਡ ਕੀਤਾ ਤੇ ਅੱਧੇ ਚ ਕੀ ਕਰ ਰਿਹਾ ਜੰਬਲਿੰਗ ਤੇ ਪਲੱਸ 1 ਅੱਧੇ ਚ ਡਿਵਾਈਡ ਕਰਕੇ ਜੰਬਲਿੰਗ ਤੇ ਪਲੱਸ 1 ਹੁਣ ਅਗਲਾ ਅੱਧਾ ਦੇਖੋ ਅਗਲੇ ਅੱਧੇ ਚ ਕੀ ਕਰ ਰਿਹਾ ਵੀ ਤੋਂ 19 9 ਤੋਂ 8 92 ਤੋਂ 21 5 ਤੋਂ 4 ਅਗਲੇ ਅੱਧੇ ਵਿੱਚ ਕੀ ਹੋ ਰਿਹਾ ਜੰਬਲਿੰਗ ਹੋ ਰਹੀ ਹੈ ਤੇ ਮਾਈਨਸ 1 ਹੋ ਰਿਹਾ ਇੱਧਰ ਜੰਬਲਿੰਗ ਤੇ ਪਲੱਸ 1 ਇੱਧਰ ਜੰਬਲਿੰਗ ਤੇ ਮਾਈਨਸ 1 ਚਲ ਹੁਣ ਸਾਨੂੰ ਕਿਆ ਸਟ੍ਰੀਮਿੰਗ ਦਾ ਕੋਡ ਦੱਸੋ ਹੁਣ ਇਹਦਾ ਕੋਡ ਦੱਸਣਾ ਹੁਣ ਇਹਦੇ ਵਿੱਚ ਆਪਾਂ ਨੇ ਇਹਨੂੰ ਕੀਤਾ ਹਾਫ ਚ ਡਿਵਾਈਡ ਹੁਣ ਇੱਥੇ ਕੀ ਕਰਨਾ ਹੈ ਪਲੱਸ 1 ਇੱਥੇ ਮਾਈਨਸ 1 ਇੱਥੇ ਪਲੱਸ 1 ਉਧਰ ਮਾਈਨਸ 1 a ਦਾ ਅਗਲਾ b e ਦਾ ਅਗਲਾ f t ਦਾ ਅਗਲਾ u 19 ਦਾ ਅਗਲਾ t ਹੁਣ ਆਪਣੀ ਆਪਸ਼ਨ ਚ ਦੇਖ ਲਓ b f u t ਬਹੁਤ ساری ਆਪਸ਼ਨਸ ਨੇ ਚਲ ਹੁਣ ਅੱਗੇ ਵੀ ਕਰਦੇ ਆਂ ਇਧਰੋਂ ਮਾਈਨਸ ਕੀਤਾ 7 ਚ 1 ਮਾਈਨਸ ਕੀਤਾ 6 तेरह चो एक माइनस किता कि आ जाएगा बारह चौदह चो एक माइनस किता कि आ गया तेरह नौ चो एक माइनस किता कि आ गया अठ तो अपना आंसर आ गया बी एफ यू टी एफ एम एच एल बी एफ यू टी एफ एम एच एल तो अपना आंसर आ गया ए ऑप्शन की आंसर आ गया ए ऑप्शन चलो अगले क्वेश्चन वाल वादियाँ अगला क्वेश्चन की कह दिया ਹਾਂਜੀ ਅਗਲਾ ਕੁਐਸਚਨ ਹੈ ਆਪਣਾ ਸਿਲੋਜੀਜ਼ਮ ਦਾ ਸਿਲੋਜੀਜ਼ਮ ਦੇ ਵਿੱਚ ਆਪਾਂ ਨੇ ਡਾਇਗਰਾਮ ਬਣਾਣਾ ਹੈ ਸਟੇਟਮੈਂਟਸ ਨੂੰ ਦੇਖਦੇ ਹੋਏ ਫਿਰ ਕਨਕਲੂਜਨ ਦੱਸਣਾ ਹੈ ਟਰੂ ਹੈ ਕਿ ਫਾਲਸ ਹਾਂਜੀ ਹੁਣ ਸਟੇਟਮੈਂਟਸ ਨੂੰ ਆਪਾਂ ਨੇ ਅਸਿਊਮ ਕਰਕੇ ਚੱਲਣਾ ਕਿ ਉਹ ਸਹੀ ਨੇ ਠੀਕ ਹੈ ਜੋ ਨੇ ਕਿ ਆਪਾਂ ਉਹੀ ਬਣਾ ਦੇਣਾ ਤੇ ਜਿਹੜੀ ਚੀਜ਼ ਸਾਨੂੰ ਸਾਫ਼-ਸਾਫ਼ ਦਿਖੇਗੀ ਉਹੀ ਸੱਚ ਹੋਏਗੀ ਜੇ ਕਨਕਲੂਜਨ ਚ ਸਾਫ਼-ਸਾਫ਼ ਦਿਖਿ ਦਿਸ ਰਿਹਾ ਤਾਂ ਹੀ ਸਹੀ ਕਰਨਾ ਨਹੀਂ ਤਾਂ ਗਲਤ ਹੋ ਜਾਊਗਾ ਪਹਿਲੀ ਸਟੇਟਮੈਂਟ ਹੈ ਸਮ ਚਿਲड्रन ਆਰ ਫਲਾਅਰ ਸਮ ਚਿਲड्रन ਆਰ ਫਲਾਅਰ ਦੂਜੀ ਆ ਸਮ ਫਲਾਅਰਸ ਆ ਨੋਵਲ ਹਾਂਜੀ ਆ ਬਣ ਗਿਆ ਹੁਣ ਕਨਕਲੂਜਨ ਪੜ੍ਹਦੇ ਆ ਕਨਕਲੂਜਨ ਚ ਕੀ ਕਹ ਰਿਹਾ ਸਮ ਚਿਲड्रन ਆ ਨੋਵਲ ਸਮ ਚਿਲड्रन ਆ ਨੋਵਲ ਦੇਖੋ ਕੁਝ ਸਾਨੂੰ ਲਿੰਕ ਦਿਖ ਰਿਹਾ ਬਿਲਕੁਲ ਨਹੀਂ ਦਿਖ ਰਿਹਾ ਗਲਤ ਹੋ ਗਿਆ ਦੂਜੇ ਚ ਵਰਡ ਆ ਗਿਆ ਨੋ ਹਾਂਜੀ ਜਦੋਂ ਨੋ ਵਰਡ ਆ ਗਿਆ ਤਾਂ ਆਟੋਮੈਟਿਕਲੀ ਉਹ ਕੀ ਹੋ ਗਿਆ ਗਲਤ ਹੋ ਗਿਆ ਕਿਉਂ ਗਲਤ ਹੋ ਗਿਆ ਕਿਉਂਕਿ ਨੋ ਮੇਰੇ ਕੋਲ ਕਿੱਥੇ ਕਾਟਾ ਵਜੇਗਾ ਤਾਂ ਹੀ ਸਹੀ ਹੋਏਗਾ ਠੀਕ ਹੈ ਕਿੱਥੇ ਕਾਟਾ ਵਜੇਗਾ ਤਾਂ ਹੀ ਸਹੀ ਹੋਗਾ ਉੱਥੇ ਦਿਖ ਹੀ ਨਹੀਂ ਰਿਹਾ ਤਾਂ ਆਪਣਾ ਕਿਹੜਾ ਆਨਸਰ ਆ ਗਿਆ ਕਿ ਦੋਨੋਂ ਗਲਤ ਨੇ ਤਾਂ ਆਪਣਾ ਆਨਸਰ ਕੀ ਆ ਗਿਆ ਡੀ ਆਪਸ਼ਨ ਠੀਕ ਹੈ ਕੀ ਆਨਸਰ ਆ ਗਿਆ ਡੀ ਚਲੋ ਅਗਲੇ ਕੁਐਸਚਨ ਵੱਲ ਵਧਦੇ ਆ ਅਗਲਾ ਕੁਐਸਚਨ ਵੀ ਸਿਲੋਜੀਜ਼ਮ ਦਾ ਸਟੇਟਮੈਂਟ ਨੂੰ ਡਰਾ ਕਰਾਂਗੇ ਜੇ ਆਪਾਂ ਨੂੰ ਸਹੀ ਦਿਖ ਰਿਹਾ ਫਿਰ ਸਹੀ ਕਰਨਾ ਹੈ ਅਦਰਵਾਈਜ਼ ਕੀ ਕਰ ਦੇਣਾ ਹੈ ਫਾਲਸ ਕਰ ਦੇਣਾ ਚਲ 올 ਗਾਰਡਨਸ ਆਰ ਟਰੀਜ਼ ਸਾਰੇ ਗਾਰਡਨਸ ਕੀ ਨੇ ਟਰੀਜ਼ ਨੇ ਸਮ ਟਰੀਜ਼ ਆਰ ਬਟਰਫਲਾਈ ਸਮ ਟਰੀਜ਼ ਆਰ ਬਟਰਫਲਾਈਸ ਆ ਬਣ ਗਿਆ ਆਲਾ ਕਨਕਲੂਜਨ ਸਮ ਗਾਰਡਨਸ ਆਰ ਬਟਰਫਲਾਈਜ਼ ਹਾਂਜੀ ਸਮ ਗਾਰਡਨਸ ਆਰ ਬਟਰਫਲਾਈਜ਼ ਕਿਨੱਚ ਕਾਮਨ ਹੈ ਕੁਝ ਬਿਲਕੁਲ ਨਹੀਂ ਹੈ ਹੁਣ ਕਈ ਬੱਚਿਆਂ ਨੂੰ ਲੱਗਦਾ ਕਿ ਆ ਸਹੀ ਹੋਣਾ ਚਾਹੀਦਾ ਆ ਦੇਖੋ ਜੇ ਮੈਂ ਕਹਾ ਰਾਮ ਕਲਾਸ ਚ ਹੈ ਕਲਾਸ ਦੇ ਕੁਝ ਬੱਚੇ ਪਾਸ ਹੋਏ ਕੁਝ ਰਾਮ ਕਲਾਸ ਚ ਹੈ ਤੇ ਕਲਾਸ ਦੇ ਕੁਝ ਬੱਚੇ ਪਾਸ ਹੋਏ ਹੁਣ ਜੇ ਮੇਰੇ ਕੋਲ ਆ ਗਿਆ ਕਿ ਰਾਮ ਪਾਸ ਹੋਇਆ ਕੀ ਮੈਂ ਉਹਨੂੰ ਸਹੀ ਕਹਿ ਸਕਦੀ ਆ ਬਿਲਕੁਲ ਨਹੀਂ ਕਰ ਸਕਦੀ ਕਿਉਂਕਿ ਰਾਮ ਪਾਸ ਹੋਇਆ ਪੱਕਾ ਨਹੀਂ ਹੈ क्लास होर भी तीह बच्चा बैठा ठीक है क्लास में होर भी ती बच्चा बैठा राम पास होया पक्का नहीं है तो अपना आंसर की आजगा पहले वाला गलत ठीक है इदा ही सम गार्डन आर बटरफ्लाई श्योरिटी नहीं है दूजा की है सम बटरफ्लाईज आर ट्रीज सम बटरफ्लाईज आर ट्रीज आर श्योरिटी आर सम बटरफ्लाईज आर ट्रीज तो अपना आंसर की आ जाएगा ओनली कंकलूजन टू फॉलोज यानी कि बी ऑप्शन ਹਾਂਜੀ ਨੈਕਸਟ ਕੁਐਸਚਨ ਆਪਣਾ ਫੇਰ ਵੈਂ ਡਾਇਗਰਾਮਸ ਆ ਗਿਆ ਕੁਐਸਚਨ ਚ ਕੀ ਕਹਿ ਰਿਹਾ ਕਿ ਦੱਸੋ ਕਿਹੜੇ ਵਾਲਾ ਆਏਗਾ ਸਕੁਅਰ ਰੈਕਟੈਂਗਲ ਪੋਲੀਗਨ ਹੁਣ ਦੇਖੋ ਇੱਕ ਪ੍ਰੋਪਰਟੀ ਹੁੰਦੀ ਹੈ ਕਿ ਆਲ ਸਕੁਅਰਸ ਆਰ ਰੈਕਟੈਂਗਲ ਆ ਸਾਰਿਆਂ ਨੂੰ ਨਹੀਂ ਪਤਾ ਆਲ ਸਕੁਅਰਸ ਆਰ ਰੈਕਟੈਂਗਲਸ ਬਟ ਆਲ ਰੈਕਟੈਂਗਲਸ ਆਰ ਨਾਟ ਸਕੁਅਰਸ ਜਦੋਂ ਵੀ ਆਪਾਂ ਰੈਕਟੈਂਗਲਸ ਨੂੰ ਕਾਊਂਟ ਕਰਨਾ ਹੈ ਤਾਂ ਸਕੁਅਰਸ ਆਟੋਮੈਟਿਕਲੀ ਕਾਊਂਟ ਹੋਣਗੇ ਪਰ ਜੇ ਰੈਕਟੈਂਗਲਸ ਨੂੰ ਕਾਊਂਟ ਕਰਨਾ ਹੈ ਤਾਂ ਸਕੁਅਰਸ ਨਹੀਂ ਆਣਗੇ ਆਪਣੀ ਪ੍ਰੋਪਰਟੀ ਹੈ ਕਿ ਜਿਹੜੇ ਸਾਰੇ ਸਕੁਅਰਸ ਨੇ ਉਹ ਰੈਕਟੈਂਗਲਸ ਹੁੰਦੇ ਆ ਪਰ ਰੈਕਟੈਂਗਲਸ ਸਕੁਅਰਸ ਨਹੀਂ ਹੁੰਦੇ ਹੁਣ ਆਪਣੇ ਕੋਲ ਇਹਦੇ ਵਿੱਚ ਆਨਸਰ ਆ ਜਾਊਗਾ ਏ ਆਗੇ ਸਕੁਅਰਸ ਆਲ ਸਕੁਅਰਸ ਆ ਰੈਕਟੈਂਗਲਸ ਔਰ ਸਕੁਅਰਸ ਐਂਡ ਰੈਕਟੈਂਗਲਸ ਆ ਪੋਲੀਗਨਸ ਪੋਲੀਗਨਸ ਆ ਸਾਰੀ ਵੈਰਾਈਟੀ ਨੂੰ ਪੋਲੀਗਨਸ ਕਿਹਾ ਜਾਂਦਾ ਸਕੁਅਰ ਹੋ ਗਏ ਟ੍ਰਾਇੰਗਲਸ ਹੋ ਗਏ ਸਰਕਲਸ ਹੋ ਗਏ ਸਾਰੇ ਪੋਲੀਗਨਸ ਦੇ ਵਿੱਚ ਹੀ ਆਂਦਾ ਤੇ ਸਾਰੇ ਸਕੁਅਰਸ ਰੈਕਟੈਂਗਲ ਨੇ ਤੇ ਆਲ ਸਕੁਅਰਸ ਰੈਕਟੈਂਗਲਸ ਆਰ ਪੋਲੀਗਨ ਚਲੋ ਅਗਲੇ ਕੁਐਸਚਨ ਵੱਲ ਵਧਦੇ ਆ ਅਗਲਾ ਕੁਐਸਚਨ ਕੀ ਕਹਿੰਦਾ ਹੈ ਹਾਂਜੀ ਨੈਕਸਟ ਕੁਐਸਚਨ ਹੈ ਆਪਣਾ ਕਾਊਂਟਿੰਗ ਆਫ ਫਿਗਰਸ ਦਾ ਕੁਐਸਚਨ ਚ ਕਹਿ ਰਿਹਾ ਕਿ ਇਸ ਫਿਗਰ ਵਿੱਚ ਸਰਕਲਸ ਨੂੰ ਕਾਊਂਟ ਕਰੋ ਕਿੰਨੇ ਸਰਕਲਸ ਨੇ ਹੁਣ ਇਹਦਾ ਕੋਈ ਸ਼ਾਰਟਕਟ ਨਹੀਂ ਹੈ ਇਹਨੂੰ ਆਪਾਂ ਕਾਊਂਟ ਹੀ ਕਰਨਾ ਪਏਗਾ ਹੁਣ ਇਹਨੂੰ ਆਪਾਂ ਕਿੱਦਾਂ ਕਾਊਂਟ ਕਰ ਲਾਂਗੇ ਇਹਦੇ ਉੱਪਰ ਵਾਲਾ ਨੂੰ ਸਰਕਲ ਕਰ ਲੈਨੇ ਆ ਹੁਣ ਇਹ ਇੱਕ ਹੋ ਗਿਆ ਆ ਦੋ ਹੋ ਗਿਆ ਕਿਉਂਕਿ ਆਪਣਾ ਰਿਪੀਟ ਨਹੀਂ ਹੋਏਗਾ ਕਿਉਂਕਿ ਆਪਾਂ ਉੱਪਰ ਵਾਲਾ ਹਿੱਸਾ ਲੈ ਰਹੇ ਆ ਦੋ ਹੋ ਗਏ ਹਾਂਜੀ ਇਹਦੇ ਵਿੱਚ ਕਿੰਨਾ ਆ ਗਿਆ 3 ਆ ਗਿਆ ਆ ਕਿੰਨਾ ਆ ਗਿਆ 4 ਆ ਗਿਆ ਐ 5 ਆ ਗਿਆ ਐ 6 ਆ ਗਿਆ ਐ 7 ਹੋ ਗਿਆ ਐ 8 ਹੋ ਗਿਆ 9 ਐ 10 ਐ 11 ਐ 12 आ 13 ਹਾਂਜੀ ਇਸ ਫਿਗਰ ਵਿੱਚ ਕਿੰਨੇ ਸਰਕਲ ਆਏ 13 ਤਾਂ ਆਪਣਾ ਆਨਸਰ ਆ ਗਿਆ ਏ ਆਪਸ਼ਨ ਹਾਂਜੀ ਹੁਣ ਆਪਾਂ ਨੂੰ ਇਹਨੂੰ ਇਦਾਂ ਹੀ ਕਾਊਂਟ ਕਰਨਾ ਪਏਗਾ ਇਹਦਾ ਕੋਈ ਸ਼ਾਰਟਕਟ ਨਹੀਂ ਜਿੱਥੇ ਸ਼ਾਰਟਕਟ ਆਏਗਾ ਮੈਂ ਤੁਹਾਨੂੰ ਸਿਖਾਵਾਂਗੀ ਹਾਂਜੀ ਨੈਕਸਟ ਕੁਸ਼ਚਨ ਆ ਆਪਣਾ ਕਯੂਬ ਦਾ ਕਯੂਬ ਚ ਕਹਿ ਰਿਹਾ ਇੱਕ ਵੱਡਾ ਸਾਰਾ ਕਯੂਬ ਆ ਉਹਨੂੰ ਛੋਟੇ-ਛੋਟੇ ਹਿੱਸਿਆਂ ਚ ਕੱਟਤਾ ਤੇ ਉਹਦੇ ਕਿੰਨੇ ਕਯੂਬਸ ਬਣ ਗਏ 125 ਸੇਮ ਸਾਈਜ਼ ਦੇ ਤਾਂ ਦੱਸੋ ਕਿੰਨੇ ਕਯੂਬਸ ਟੂ ਸਾਈਡ ਪੇਂਟਡ ਨੇ ਟੂ ਸਾਈਡ ਪੇਂਟਡ ਹੁਣ ਦੇਖੋ ਆ ਕਯੂਬ ਦਾ ਪੂਰਾ ਟਾਪਿਕ ਹੈ ਜਿਹਦੇ ਵਿੱਚ ਆਪਣੇ ਕੋਲ ਮੈਕਸਿਮਮ ਕਿੰਨੇ ਸਰਫੇਸ ਕਲਰਡ ਹੁੰਦੇ ਆ ਤਿੰਨ ਠੀਕ ਹੈ ਤਿੰਨ ਸਰਫੇਸ ਕਲਰਡ ਹੋਣਗੇ ਜਾਂ ਦੋ ਹੋਣਗੇ ਜਾਂ ਵਨ ਹੋਣਗਾ ਜਾਂ ਜ਼ੀਰੋ ਹੋਏਗਾ ਠੀਕ ਹੈ ਇਸ ਤੋਂ ਜ਼ਿਆਦਾ ਨਹੀਂ ਹੁੰਦੇ ਵੈਸੇ ਕਯੂਬ ਦੇ ਸਰਫੇਸ ਕਿੰਨੇ ਹੁੰਦੇ ਆ 6 ਹੁੰਦੇ ਆ ਪਰ ਬਾਕੀ ਜਿਹੜੇ ਹੁੰਦੇ ਆ ਉਹ ਅਨਕਲਰਡ ਮੰਨ ਕੇ ਚੱਲਦੇ ਆ ਕਿਉਂਕਿ ਉਹ ਸਾਨੂੰ ਦਿਖਦੇ ਹੀ ਨਹੀਂ ਠੀਕ ਹੈ ਐਦਾ ਇੱਕ ਫਾਰਮੂਲਾ ਹੈ ਟੂ ਸਰਫੇਸ ਕਲਰਡ ਦਾ n 2 12 ਆ ਪੂਰਾ ਟਾਪਿਕ ਤੁਹਾਨੂੰ ਸਿਖਾਇਆ ਜਾਏਗਾ ਤੁਕਿਆ 12 ਆਹ ਐਜੇਸ ਤੇ ਹੁੰਦੇ ਨੇ ਠੀਕ ਹੈ ਜਿਹੜੇ ਕਾਰਨਰਸ ਵਾਲੇ ਇਧਰ ਹੁੰਦੇ ਆ ਦੋ ਸਰਫੇਸ ਇੱਕ ਇਧਰ ਇੱਕ ਇਧਰ ਤਾਂ ਐਜੇਸ ਤੇ ਹੁੰਦੇ ਨੇ ਤਾਂ ਆਪਣਾ ਫਾਰਮੂਲਾ ਲੱਗੇਗਾ n 2 12 ਮੈਂ ਇੱਥੇ ਲਿਖ ਦੇਣੀ ਆ 2 ਸਰਫੇਸ ਕਲਰ ਦਾ ਆ ਫਾਰਮੂਲਾ ਜੇ 1 ਸਰਫੇਸ ਕਲਰ ਪੁੱਛ ਲੈ ਤਾਂ n 2 10 ਸਕੁਅਰ 6 ਜੇ ਜ਼ੀਰੋ ਸਰਫੇਸ ਪੁੱਛ ਲਵੇ ਜ਼ੀਰੋ ਸਰਫੇਸ ਦਾ ਫਾਰਮੂਲਾ ਹੁੰਦਾ ਹੈ n 2 ਦੀ ਹੋਲ ਕਯੂਬ ਆਪ ਪੂਰਾ ਤੁਹਾਨੂੰ ਦੱਸਿਆ ਜਾਏਗਾ ਮੈਂ ਕਯੂਬ ਪੂਰਾ ਸ਼ੋ ਕਰਾਂਗੀ ਉਸ ਟਾਈਮ ਤੇ ਜੇ ਆਪਣੇ ਕੋਲ 3 ਸਰਫੇਸ ਪੁੱਛ ਲੈ ਉਹ ਹਮੇਸ਼ਾ 8 ਹੀ ਹੁੰਦੇ ਆ ਕਿਉਂਕਿ 3 ਸਰਫੇਸ ਹਮੇਸ਼ਾ ਕਾਰਨਰਸ ਵਾਲੇ ਹੁੰਦੇ ਆ ਕਯੂਬ ਜਿਹੜਾ ਮਰਜੀ ਵੱਡਾ ਹੋ ਜੇ 5/5 ਦਾ ਹੋ ਜੇ 3/3 ਦਾ ਹੋ ਜੇ 4/4 ਦਾ ਹੋ ਜੇ ਕਯੂਬ ਦੇ ਜਿਹੜੇ ਕਾਰਨਰਸ ਆ ਉਹ ਹਮੇਸ਼ਾ 8 ਹੀ ਰਹਿਣਗੇ ਤਾਂ 3 ਸਰਫੇਸ ਕਲਰਡ ਹਮੇਸ਼ਾ ਕਿੰਨੇ ਰਹਿਣਗੇ 8 ਹਾਂਜੀ ਹੁਣ ਸਾਨੂੰ ਆਦਾ ਪੁੱਛਿਆ ਹੁਣ n ਕੀ ਹੈ n ਕੀ ਹੁੰਦਾ ਆ ਦੇਖੋ ਜਿਵੇਂ ਉਹਨੇ ਕਿਹਾ 125 স্মॉल ਕਯੂਬਸ ਹੁਣ 125 ਦਾ ਕਯੂਬ ਰੂਟ ਕੱਢਣਾ ਉਹ ਆਪਣਾ n ਹੋਏਗਾ ਤਾਂ ਆਪਣਾ ਕਯੂਬ ਰੂਟ ਕੀ ਆ ਜਾਏਗਾ 5 इंटु 5 इंटु 5 ਤਾਂ ਕਿੰਨਾ ਆ ਗਿਆ 5 ਤਾਂ n ਕਿੰਨਾ ਆ ਗਿਆ 5 ਜੇ ਆਪਣੇ ਕੋਲ 64 স্মਾਲਰ ਕਯੂਬਸ ਹੁੰਦੇ ਫਿਰ n ਕਿੰਨਾ ਆਣਾ ਸੀ 4 ਆ ਜਾਣਾ ਸੀ ਜੇ 27 ਹੁੰਦੇ ਤਾਂ n ਕਿੰਨਾ ਆ ਜਾਣਾ ਸੀ 3 ਆ ਜਾਣਾ ਸੀ ਤਾਂ ਆਪਣੇ ਕੋਲ n ਕਿੰਨਾ ਆ ਗਿਆ 5 5 ਤੋਂ 2 ਗਏ 3 3 ਨੂੰ 12 ਨਾਲ ਗੁਣਾ ਕੀਤਾ ਕਿੰਨਾ ਆ ਗਿਆ 36 3 ਨੂੰ 12 ਨਾਲ ਗੁਣਾ ਕੀਤਾ ਕਿੰਨਾ ਆ ਗਿਆ 36 ਤਾਂ ਮੇਰਾ ਆਨਸਰ ਆ ਗਿਆ ਨਨ ਆਫ ਥੀਸ ਕੀ ਆਨਸਰ ਆ ਗਿਆ ਨਨ ਆਫ ਥੀਸ ਚਲੋ ਫਾਰਮੂਲੇ ਨੋਟ ਕਰ ਲਿਓ ਹਾਂਜੀ ਨੈਕਸਟ ਕੁਐਸਚਨ ਹੈ ਆਪਣਾ ਕੋਡਿੰਗ ਡੀਕੋਡਿੰਗ ਦਾ ਕੋਡਿੰਗ ਡੀਕੋਡਿੰਗ ਚ ਕੀ ਕਹਿਆ ਇਫ ਕਾਈਟ ਇਜ਼ ਰਿਟਨ ਐਸ 2925 ਮੈਨੀ ਦਾ ਕੋਡ ਆ 4157 ਸਿਅਰ ਦਾ ਕੋਡ ਦੱਸੋ ਹੁਣ ਦੇਖੋ ਜਦ ਵੀ ਆਪਣੇ ਕੋਲ ਅਲਫਾਬੈਟਸ ਦੇ ਨਾਲ ਨੰਬਰ ਆ ਜਾਣ ਆਪਾਂ ਕੀ ਕਹਿੰਦੇ ਆ ਕਾਮਨ ਵਰਡਸ ਦੇ ਕਾਮਨ ਕੋਡ ਹੋਣਗੇ ਹੁਣ ਚੈੱਕ ਕਰੋ ਕਾਈਟ ਤੇ ਮੈਨੀ ਵਿੱਚ ਕੁਝ ਕਾਮਨ ਹੈ ਬਿਲਕੁਲ ਨਹੀਂ ਹੈ ਸਿਅਰ ਵਾਲੇ ਸਾਰੇ ਅਲਫਾਬੈਟਸ ਆ ਰਹੇ ਹਨ ਨਹੀਂ ਐਸ ਆਈ ਨਹੀਂ ਰਿਹਾ ਮਤਲਬ ਆਪਣਾ ਆਹ ਕੋਡ ਤਾਂ ਫੇਲ ਹੋ ਗਿਆ ਐਦਾਂ ਤਾਂ ਲੱਗਣਾ ਹੀ ਨਹੀਂ ਹੁਣ ਆਪਾਂ ਕੀ ਕਰਨਾ ਹੈ ਪੋਜੀਸ਼ਨ ਵੈਲਿਊਜ਼ ਚੈੱਕ ਕਰਨੀਆਂ ਹੁਣ ਅਸੀਂ ਪੋਜੀਸ਼ਨ ਵੈਲਿਊਜ਼ ਪਾਤੀ ਹੁਣ ਇਹ ਪੋਜੀਸ਼ਨ ਵੈਲਿਊਸ ਪਾਤੀ 1+1 ਕਿੰਨਾ ਆ ਗਿਆ 2 9 ਦਾ 9 ਹੀ ਰਿਹਾ 2+0 ਦਾ 2 5 ਦਾ 5 ਠੀਕ ਹੈ 1+1 ਦਾ 2 9 ਦਾ 9 2+0 ਦਾ 2 5 ਦਾ 5 ਯਾਨੀ ਕਿ ਡਬਲ ਪੋਜੀਸ਼ਨ ਵੈਲਿਊ ਨੂੰ ਸਿੰਗਲ ਬਣਾਉਣ ਲਈ ਉਹ ਕੀ ਕਰ ਰਿਹਾ ਐਡ ਕਰ ਰਿਹਾ ਐਦਾਂ ਹੀ ਇਹਦਾ ਵੀ ਚੈੱਕ ਕਰ ਲੈਂਦੇ ਆ ਐਮ ਦਾ ਕਿੰਨਾ ਹੁੰਦਾ 13 ਏ ਦਾ 1 ਐਨ ਦਾ 14 ਵਾਈ ਦਾ 25 ਹਾਂਜੀ 1+3 4 1 ਦਾ 1 1+4 5 2+5 7 ਬਿਲਕੁਲ ਸਹੀ ਹੁਣ ਅਗਲਾ ਸੀਅਰ ਦਾ ਕੱਢਣਾ ਹੈ ਹਾਂਜੀ ਪੋਜੀਸ਼ਨ ਵੈਲਿਊਸ ਪਾਣੇ ਆ 1+9 ਕਿੰਨਾ ਹੋ ਗਿਆ 1+9 10 ਪਰ ਆਪਾਂ 10 ਨਹੀਂ ਲੈਣਾ ਫੇਰ 1+0 ਕਰਨਾ ਹੈ 1+0 1 ਕਿਉਂਕਿ ਆਪਾਂ ਨੇ ਤਾਂ ਡਬਲ ਪੋਜੀਸ਼ਨ ਵੈਲਿਊ ਨੂੰ ਕੀ ਬਣਾਣਾ ਹੈ ਸਿੰਗਲ ਬਣਾਣਾ ਤਾਂ ਆਪਾਂ ਫੇਰ ਐਡ ਕਰਤਾ 5 1 1+8 9 ਤਾਂ ਮੇਰਾ ਆਨਸਰ ਕੀ ਆ ਗਿਆ 1519 ਤਾਂ ਆਨਸਰ ਆ ਗਿਆ 1519 ਦੈਟ ਇਜ਼ ਆਰ ਬੀ ਆਪਸ਼ਨ ਹਾਂਜੀ ਕੁਝ ਬੱਚੇ ਕੀ ਕਰਦੇ ਆ ਇਹਨੂੰ 19 ਲਿਖ ਲੈਂਦੇ ਨੇ ਠੀਕ ਹੈ ਆਪਾਂ ਨੇ ਕੀ ਕਰਨਾ ਹੈ ਇਹਨਾਂ ਨੂੰ ਡਬਲ ਨੂੰ ਸਿੰਗਲ ਬਣਾਣਾ ਹੈ ਧਿਆਨ ਨਾਲ ਚਲੋ ਅਗਲਾ ਪੜਦੇ ਆ ਅਗਲਾ ਕੀ ਕਹਿੰਦਾ ਹਾਂਜੀ ਅਗਲਾ ਕੁਐਸਚਨ ਆ ਕਲੌਕ ਦਾ ਠੀਕ ਹੈ ਕਲੌਕ ਦੇ ਵਿੱਚ ਕੁਐਸਚਨ ਆਇਆ ਹੈ 4 ਤੋਂ 5 ਦੇ ਵਿੱਚ 4 ਤੋਂ 5 ਦੇ ਵਿੱਚ ਸੂਈਆਂ ਆਪੋਜ਼ਿਟ ਡਾਇਰੈਕਸ਼ਨ 'ਚ ਕਦੋਂ ਹੋਣਗੀਆਂ ਆਪੋਜ਼ਿਟ ਡਾਇਰੈਕਸ਼ਨ ਹੁੰਦਾ ਹੈ ਆਮਣੇ ਸਾਹਮਣੇ ਠੀਕ ਹੈ ਆਮਨੇ ਸਾਹਮਨੇ ਕਦੋਂ ਹੋਣੀ ਹੈ 4 ਤੋਂ 5 ਦੇ ਵਿੱਚ ਹੁਣ ਛੋਟੀ ਸੂਈ ਤਾਂ 4 ਤੇ 5 ਦੇ ਵਿੱਚ ਹੋਏਗੀ ਵੱਡੀ ਸੂਈ ਦਾ ਆਪਾਂ ਨੂੰ ਪਤਾ ਨਹੀਂ ਇੱਕ ਬਿਲਕੁਲ ਤਰੀਕੇ ਨਾਲ ਸਾਹਮਨੇ ਹੋਏਗੀ ਪਰ ਕਿੰਨਾ ਟਾਈਮ ਹੋਏਗਾ ਆ ਨਹੀਂ ਆਪਾਂ ਦੱਸ ਸਕਦੇ ਠੀਕ ਹੈ ਤਾਂ ਆਪਾਂ ਆ ਨਹੀਂ ਦੱਸ ਸਕਦੇ ਹੁਣ ਐਦੇ ਲਈ ਆਪਣੇ ਕੋਲ ਫਾਰਮੂਲਾ ਹੈ ਜਦੋਂ ਆਪਾਂ ਐਦਾ ਕੱਢਣਾ ਹੁਣ ਦੇਖੋ ਆਪਣਾ ਆਨਸਰ ਜਿਹੜਾ ਹੋਏਗਾ ਫਾਰਮੂਲਾ ਕੀ ਹੈ 4 ਤੋਂ 5 ਵਿੱਚ theta equals to 11 by 2m minus 30h theek hai m stands for minute h stands for r m kidde to stand honda minute layi h r to ta apna angle kive aaya minutes apan nu pata hai nahi pata r sanu pata hai pata 4 baj ke hun dekho angle vi sanu pata hai kive pata hai jadon suiyan opposite hon giyan straight hon giyan to ohna da degree ch angle kinne degree da banega 180 degree da ਤਾਂ ਆਪਾਂ ਇੱਥੇ θ ਕੀ ਪਾ ਸਕਦੇ ਆ 180 ਡਿਗਰੀ ਪਾਣਾ ਹੀ ਪਊਗਾ ਠੀਕ ਹੈ ਨਹੀਂ ਪਾਵਾਂਗੇ ਤਾਂ ਆਨਸਰ ਨਹੀਂ ਆਏਗਾ ਆਪਾਂ ਦੋ ਚੀਜ਼ਾਂ ਤਾਂ ਨਹੀਂ ਘੱਟ ਸਕਦੇ θ ਵੀ ਘੱਟਣਾ ਤੇ ਮਿੰਟ ਵੀ ਘੱਟਣਾ ਦੋ ਚੀਜ਼ਾਂ ਨਹੀਂ ਕੱਢੀਆਂ ਜਾਂਦੀਆਂ ਦੋਨਾਂ 'ਚੋਂ ਇੱਕ ਨਿਕਲੂਗੀ ਤਾਂ ਆਪਾਂ ਐਂਗਲ ਦੇਖ ਲੈਣਾ ਜੇ ਆਪਾਂ ਨੂੰ ਕਹੇਗਾ ਰਾਈਟ ਐਂਗਲ ਤਾਂ ਆਪਾਂ 90 ਪਾ ਦਾਂਗੇ ਜੋ ਕਹੇਗਾ ਕੋਇਨਸਾਈਡ ਤਾਂ ਆਪਾਂ 0 ਡਿਗਰੀ ਪਾ ਦਾਂਗੇ ਕਿਉਂ ਕਿਉਂਕਿ ਜਦੋਂ ਸੂਈ ਇੱਕ ਦੇ ਉੱਤੇ ਇੱਕ ਹੋਏਗੀ ਤਾਂ ਕਿੰਨੇ ਡਿਗਰੀ ਦਾ ਐਂਗਲ ਬਣੂਗਾ 0 ਡਿਗਰੀ ਦਾ ਬਣੂਗਾ ਠੀਕ ਹੈ ਹੁਣ ਆ ਗਿਆ 180 ਡਿਗਰੀ એ ઇધર ગયા 120 ડિગ્રી 300 ડિગ્રી ઇક્વલ ટુ 11/2m 300 * 2 600 / 11 m કીદે બરાબર આ ગયા 600 / 11 હો દેખો મેરે કુલ ઓપ્શન્સ આ દોનો તો એલિમિનેટ હો ગયા ક્યોકી મેરા ફ્રેક્શન ચાઉગા تے ਆਪاں ઇને ફ્રેક્શન چ کڈ લેને 11 5 55 फोर फोर्टी फोर तो फिफ्टी फोर सिक्स बाय इलेवन तो कि आंसर आ गया डी ऑप्शन फिफ्टी फोर सिक्स बाय इलेवन मतलब अपना टाइम की होएगा आ पूरे पचपन नहीं होंगे पचपन तो कट होएगा चलो नेक्स्ट क्वेश्चन वाल वाद नेक्स्ट क्वेश्चन की कहें हाँ जी नेक्स्ट क्वेश्चन है अपना पजल का बाला ही औखा क्वेश्चन है ध्यान न सुनो ठीक है वीडियो दोबारा दोबारा भी देखना पैसा बहुत ध्यान सुनना इस क्वेश्चन क्वेश्चन औखा है ਅੱਜ ਜਿਹੜੇ ਮੈਂ ਪਜ਼ਲ ਲੈ ਕੇ ਆਈਆਂ ਤੁਹਾਡੇ ਲਈ ਦੋਨੋਂ ਔਖੇ ਨੇ ਦੋਨੋਂ ਸੈਟ ਠੀਕ ਹੈ ਕਿਉਂਕਿ ਆਪਾਂ ਨੂੰ ਨਹੀਂ ਪਤਾ ਨੈਪ ਤਹਿਸੀਲਦਾਰ ਦੇ ਪੇਪਰ ਚ ਔਖਾ ਆਣਾ ਹੈ ਕਿ ਸੌਖਾ ਆਣਾ ਤਾਂ ਆਪਾਂ ਅੱਛੀ ਤਰ੍ਹਾਂ ਤਿਆਰੀ ਕਰਕੇ ਜਾਣੀ ਹੈ ਤਾਂ ਕਿ ਤੁਸੀਂ ਮੈਨੂੰ ਦਵਾਵਾ ਦਿਓ ਸਕਸੈਸਟਰੀ ਨੂੰ ਦਵਾਵਾ ਦਿਓ ਕਿ ਸਕਸੈਸਟਰੀ ਨੇ ਬਹੁਤ ਵਧੀਆ ਕੀਤਾ ਕੰਮ ਠੀਕ ਹੈ ਜੇ ਮੈਂ ਸਾਨੂੰ ਤੁਹਾਨੂੰ ਸਾਰੇ ਸੌਖੇ ਗਰਾ ਦੂੰਗੀ ਪਜ਼ਲ ਫੇਰ ਤਾਂ ਔਖਾ ਹੋ ਜਾਊਗਾ ਫਿਰ ਤੁਸੀਂ ਮੈਨੂੰ ਗਾਲਾ ਵੀ ਕੱਢ ਸਕਦੇ ਹੋ ਹਨ ਤਾਂ ਆਪਾਂ ਔਖੇ ਤੇ ਔਖਾ ਪਜ਼ਲ ਲੈ ਕੇ ਕਿ ਚੱਲਾਂਗੇ ਤਾਂ ਕਿ ਪਤਾ ਚੱਲੇ ਅਬ ਤੁਹਾਡੀ ਤਿਆਰੀ ਵੀ ਹੋ ਜਾਏ ਹੁਣ ਕੁਐਸਚਨ ਚ ਕਹਿ ਰਿਹਾ ਐ ਆਫਟਰ ਰੀਸੈਂਟ ਇੰਟਰਨੈਸ਼ਨਲ ਸੱਮਿਟ ਪੰਜ ਡੈਲੀਗੇਟਸ ਨੇ A B C D E ਇਹਨਾਂ ਨੇ ਫਾਲੋਇੰਗ ਚੀਜ਼ਾਂ ਅਬਜ਼ਰਵ ਕੀਤੀਆਂ ਹੁਣ ਆਪਣੇ ਕੋਲ ਕਿੰਨੇ ਡੈਲੀਗੇਟਸ ਨੇ ਪੰਜ ਆਪਾਂ ਡੈਲੀਗੇਟਸ ਬਣਾਣੇ ਆ ਹਾਂਜੀ ਕੁਐਸਚਨ ਓਖਾ ਹੈ ਧਿਆਨ ਨਾਲ ਸੁਣਿਓ ਤੇ ਦੁਬਾਰਾ ਵੀ ਦੇਖਣੀ ਪੈ ਸਕਦੀ ਆ ਵੀਡੀਓ ਕੁਐਸਚਨ ਕਰਨ ਲਈ ਸਾਨੂੰ ਨਹੀਂ ਪਤਾ ਆਪਣੇ ਕੁਝ ਪੇਪਰ ਚ ਕੁਐਸਚਨ ਸੌਖਾ ਆਣਾ ਹੈ ਕਿ ਔਖਾ ਆਣਾ ਹੈ ਚਲੋ ਬੀ ਐਂਡ ਸੀ ਸਪੋਕ ਇੰਗਲਿਸ਼ ਬੀ ਤੇ ਸੀ ਕੀ ਬੋਲਦੇ ਸੀਗੇ ਇੰਗਲਿਸ਼ ਵੈਨ ਡੀ ਜੁਆਇੰਡ ਦੇ 올 ਚੇਂਜ ਟੂ ਸਪੈਨਿਸ਼ ਜਦੋਂ ਡੀ ਨੇ ਉਹਨਾਂ ਨੂੰ ਜੁਆਇਨ ਕੀਤਾ ਤਾਂ ਉਹਨਾਂ ਨੂੰ ਸਪੈਨਿਸ਼ ਵੀ ਆ ਗਈ ਦਾ ਓਨਲੀ ਕਾਮਨ ਲੈਂਗੁਏਜ ਅਮੰਗ 3 ਆਫ 뎀 ਆ ਬਹੁਤ ਧਿਆਨ ਨਾਲ ਸਮਝਣਾ ਓਨਲੀ ਕਾਮਨ ਲੈਂਗੁਏਜ ਉਹਨਾਂ ਦੋਨਾਂ ਤਿੰਨਾਂ ਵਿੱਚ ਓਨਲੀ ਕਾਮਨ ਲੈਂਗੁਏਜ ਕੀ ਹੈ ਸਪੈਨਿਸ਼ ਹੁਣ ਇਹਦਾ ਕੀ ਮਤਲਬ ਹੈ ਇਹਨਾਂ ਤਿੰਨਾਂ ਕਾਲਮ ਚ ਹੋਰ ਕੁਝ ਕਾਮਨ ਨਹੀਂ ਆਏਗਾ ਇੱਥੇ ਮੈਂ ਕਾਟਾ ਮਾਰਤਾ ਕਿਉਂ ਮਾਰਤਾ ਆ ਦੇਖੋ ਜੇ ਮੈਂ ਇੱਥੇ ਗਲਤੀ ਨਾਲ ਵੀ ਇੰਗਲਿਸ਼ ਟਿਕ ਕਰਦੀ ਤਾਂ ਮੇਰਾ ਰੂਲ ਬ੍ਰੇਕ ਹੋ ਜਾਊਗਾ ਕਿਉਂਕਿ ਉਹਨੇ ਕੀ ਕਿਹਾ BC D ਵਿੱਚ ਓਨਲੀ ਕਾਮਨ ਲੈਂਗੁਏਜ ਕੀ ਹੈ ਸਪੈਨਿਸ਼ ਹੈ ਜੇ ਮੈਂ ਇਹ ਟਿਕ ਕਰਤੀ ਤਾਂ ਮੇਰਾ ਗਲਤ ਹੋ ਜਾਊਗਾ ਅੱਗੇ ਉਹਨੇ ਕੀ ਕਿਹਾ only common language among a b e was french a te b te e de vich only common language ki hai french hun a b e de vich hor kuch common nahi aayega ab bahut dhyan nal padna hai agge unne ki kya ki only common language between c and e was italian hanji c te e de vich only common language ki hai italian hanji aa italian likhya main ਸੀ ਤੇ ਈ ਦੇ ਵਿੱਚ ਇਟਾਲੀਅਨ ਕਾਮਨ ਹੈ ਹੁਣ ਦੇਖੋ ਇਧਰ ਬਹੁਤ سارے ਕਾਟੇ ਆ ਜਾਣੇ ਕਿਵੇਂ ਆ ਜਾਣੇ ਆ ਦੇਖੋ ਸੀ ਤੇ ਈ ਦੇ ਕਾਲਮ ਦੇ ਵਿੱਚ ਹੋਰ ਕੁਝ ਕਾਮਨ ਨਹੀਂ ਹੋਣਾ ਚਾਹੀਦਾ ਹੁਣ ਜੇ ਇੱਥੇ ਈ ਕਾਮਨ ਹੈ ਹੁਣ ਇਕੁਅਲ ਆਪਣੇ ਕੋਲ ਫ੍ਰੈਂਚ ਹੈ ਤਾਂ ਸੀ ਨੂੰ ਬਿਲਕੁਲ ਨਹੀਂ ਦੇਣੀ ਕਿਉਂਕਿ ਜੇ ਇੱਦਾਂ ਠਿਕ ਹੋ ਗਿਆ ਤਾਂ ਸੀ ਤੇ ਈ ਦੇ ਵਿੱਚ ਫ੍ਰੈਂਚ ਵੀ ਕਾਮਨ ਹੋ ਗਿਆ ਐ ਦੇ ਸੀ ਦੇ ਕੋਲ 스ਪੈਨਿਸ਼ ਹੈ ਈ ਕੋਲ ਨਹੀਂ ਦੇਣੀ ਕਿਉਂ ਕਿ ਜੇ ਮੈਂ ਈ ਟਿਕ ਕਰਤਾ ਤੇ ਸੀ ਦੇ ਈ ਵਿੱਚ 스ਪੈਨਿਸ਼ ਤੇ ਇਟਾਲੀਅਨ ਦੋਨੋ ਕਾਮਨ ਹੋਗੇ ਜਦ ਕਿ ਉਹਨੇ ਕੀ ਕਿਹਾ ਓਨਲੀ ਓਨਲੀ ਦਾ ਮਤਲਬ ਕੀ ਹੁੰਦਾ ਸਿਰਫ ਐਦਾ ਹੀ ਸੀ ਦੇ ਕੋਲ ਇੰਗਲਿਸ਼ ਹੈ ਈ ਨੂੰ ਇੰਗਲਿਸ਼ ਨਹੀਂ ਦੇਣੀ ਜੇ ਮੈਂ ਗਲਤੀ ਨਾਲ ਇੱਥੇ ਟਿਕ ਹੋ ਗਿਆ ਤਾਂ ਮੇਰਾ ਰੂਲ ਕੌਨਟਰਡਿਕਟ ਹੋ ਜਾਊਗਾ ਕੁਐਸਚਨ ਕੌਨਟਰਡਿਕਟ ਹੋ ਜਾਊਗਾ ਕਲੀਅਰ ਚਲੋ ਹੁਣ ਆਪਣੇ ਕੋਲ ਬਹੁਤ ਸਾਰੇ ਕਾਟੇ ਵੀ ਆਗੇ अगे उन्हें क्या तीन डेलीगेट्स पोर्टूगीज़ बोलते हैं तीन डेलीगेट्स की बोलते हैं पोर्टूगीज इतें लिखा पोर्टूगीज़ तीन डेलीगेट्स बोलते हैं ना नहीं दस ने कड़े कि ठीक है आपने लभने के बोलते हैं अगे उन्हें की कहता द मोस्ट कॉमन लैंगुएज वॉज स्पैनिश मोस्ट का मतलब क्यों हों ज़्यादातर लोग की बोलते हैं स्पैनिश हूँ देखो अपने कोल इंग्लिश दो आई है स्पैनिश तीन आई है फ्रेंच भी तीन आई है पोर्टूगीज भी तीन आनी है ਤੱਕੀ ਪੋਰਟੂਗੀਜ਼ ਫ੍ਰੈਂਚ ਤੇ ਸਪੈਨਿਸ਼ ਕੋਈ ਫਰਕ ਲੱਗਿਆ ਨਹੀਂ ਕਿਉਂਕਿ ਤਿੰਨਾ ਤਿੰਨ ਤਿੰਨ ਤਾਂ ਆ ਰਹੀਆਂ ਹੁਣ ਉਹਨੇ ਇੱਕ ਲਾਈਨ ਲਿਖਿਆ ਮੋਸਟ ਕਾਮਨ ਮਤਲਬ ਜ਼ਿਆਦਾਤਰ ਲੋਕ ਕੀ ਬੋਲਦੇ ਨੇ ਸਪੈਨਿਸ਼ ਐਦਾ ਮਤਲਬ ਆਪਾਂ ਨੂੰ ਸਪੈਨਿਸ਼ ਕਿੰਨਾ ਦੇਣਾ ਪਏਗਾ 4 ਠੀਕ ਹੈ 올 ਨਹੀਂ ਕਰ ਸਕਦੇ ਜੇ ਆਪਣੇ ਕੋਲ ਸਾਰੇ ਬੋਲਦੇ ਹੁੰਦੇ ਤਾਂ ਫਿਰ ਆਪਣੇ ਕੋਲ ਵਰਡ ਆ ਜਾਂਦਾ 올 ਕਿ ਸਾਰਿਆਂ ਨੂੰ ਪਸੰਦ ਹੈ ਠੀਕ ਹੈ ਹੁਣ ਆਪਾਂ 올 ਨਹੀਂ ਕਰਾਂਗੇ ਸਪੈਨਿਸ਼ ਨੂੰ 4 ਦਵਾਂਗੇ ਹੁਣ ਦੇਖੋ ਇੱਥੇ ਦਾ ਸਪੈਨਿਸ਼ ਨਹੀਂ ਆਣਾ ਹੀ ਨਹੀਂ ਈ ਵਾਲੀ ਜਗ੍ਹਾ ਤੇ ਤਾਂ ਸਪੈਨਿਸ਼ ਕਿੱਥੇ ਆ ਜੂਗਾ ਏ ਆ ਜੂਗਾ ਠੀਕ ਹੈ ਮੋਸਟ ਕਾਮਨ ਲੈਂਗੁਏਜ ਜ਼ਿਆਦਾਤਰ ਲੋਕ ਕੀ ਕੀ ਬੋਲਦੇ ਨੇ ਸਪੈਨਿਸ਼ ਬੋਲਦੇ ਨੇ ਤਾਂ ਆਪਣੇ ਕੋਲ ਏ ਨੂੰ ਸਪੈਨਿਸ਼ ਦੇ ਦੇਵਾਂਗੇ ਅੱਗੇ ਸਾਨੂੰ ਕੁਐਸਚਨ ਚ ਕਿਹਾ ਕਿ ਇੱਕ ਡੈਲੀਗੇਟ ਇਹੋ ਜਿਹਾ ਹੈ ਜਿਹੜਾ ਪੰਜਾਬੀ ਪੰਜੋ ਲੈਂਗੁਏਜ ਬੋਲਦਾ ਹੈ ਇੱਕ ਚਾਰ ਬੋਲਦਾ ਹੈ ਇੱਕ ਤਿੰਨ ਬੋਲਦਾ ਹੈ ਇੱਕ ਦੋ ਬੋਲਦਾ ਹੈ ਤੇ ਇੱਕ ਇੱਕ ਬੋਲਦਾ ਠੀਕ ਹੈ ਹੁਣ ਆ ਵੀ ਆਪਾਂ ਨੇ ਕੱਢਣਾ ਹੈ ਇੱਕ ਤਾਂ ਆਪਾਂ ਨੇ ਤਿੰਨ ਪੋਰਟਗੇਜ਼ ਕੱਢਨੇ ਆ ਤੇ ਇੱਕ ਜਿਹੜਾ ਪੰਜ ਲੈਂਗੁਏਜ ਬੋਲਦਾ ਹੈ 4 3 2 1 ਉਹ ਦੇਖਣਾ ਹੁਣ ਇੱਥੇ ਇਸ ਟਾਈਮ ਦੇਖਦੇ ਆ ਏ ਕਿੰਨੀ ਲੈਂਗੁਏਜ ਬੋਲ ਰਿਹਾ ਦੋ ਬੀ ਤਿੰਨ ਸੀ ਤਿੰਨ ਡੀ ਇੱਕ ਈ ਦੋ ਹੁਣ ਦੇਖੋ ਇੱਕ ਵਾਲਾ ਆਪਣੇ ਕੋਲ ਸਿਰਫ ਇੱਕੋ ਹੀ ਆ ਡੀ ਇੱਕ ਤਾਂ ਚਾਹੀਦਾ ਚਾਹੀਦਾ ਯਾਨੀ ਕਿ ਡੀ ਨੂੰ ਆਪਾਂ ਹੋਰ ਕੁਝ ਨਹੀਂ ਦੇਣਾ ਕਿਉਂਕਿ ਇੱਕ ਬੰਦਾ ਤਾਂ ਹੈ ਹੀ ਆ ਜਿਹੜਾ ਇੱਕ ਲੈਂਗੁਏਜ ਬੋਲਦਾ ਹੈ ਠੀਕ ਹੈ ਤਾਂ ਡੀ ਨੂੰ ਆਪਾਂ ਹੋਰ ਕੁਝ ਨਹੀਂ ਦੇਣਾ ਹੁਣ ਆਪਣੇ ਕੋਲ 3 3 ਵਾਲਿਆ ਚ ਆਪਾਂ ਇਹਨੂੰ 4 ਜਾਂ 5 ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਦੇਖੋ ਜਿਹੜਾ C ਐ ਉਹਨੂੰ ਆਪਾਂ 5 ਤਾਂ ਬਣਾਈ ਨਹੀਂ ਸਕਦੇ ਕਿਉਂ ਨਹੀਂ ਬਣਾ ਸਕਦੇ ਕਿਉਂਕਿ ਇੱਥੇ ਆਲਰੇਡੀ ਕਾਟਾ ਵੱਜਿਆ ਹੋਇਆ ਹੈ ਜੇ ਆਪਾਂ ਇਹਨੂੰ 5 ਪੋਰਟੂਗீஸ் ਦੇ ਦਈਏ ਕਿਉਂਕਿ ਆਪਾਂ ਨੇ 3 ਜਣਿਆਂ ਨੂੰ ਪੋਰਟੂਗீஸ் ਦੇਣਾ ਹੈ ਆਪਾਂ ਇਹਨੂੰ ਪੋਰਟੂਗீஸ் ਦੇ ਦਈਏ ਤਾਂ ਚੈੱਕ ਕਰੋ ਕੋਈ ਰੂਲ ਤਾਂ ਬ੍ਰੇਕ ਨਹੀਂ ਹੋਇਆ ਨਹੀਂ ਹੋਇਆ ਆ ਦੇਖੋ ਜੇ C ਨੂੰ ਦੇਤਾ ਤਾਂ E ਨੂੰ ਬਿਲਕੁਲ ਨਹੀਂ ਦੇਣਾ ਕਿਉਂ ਨਹੀਂ ਦੇਣਾ ਕਿਉਂਕਿ C ਦੇ E ਦੇ ਵਿੱਚ ਇਕੱਠਾ ਕੀ ਕਾਮਨ ਹੈ ਓਨਲੀ ਇਟਾਲੀਅਨ ਜੇ ਮੈਂ ਸੀ ਨੂੰ ਪੋਰਟੂਗੀਜ਼ ਦੇਤਾ ਤਾਂ ਮੈਂ ਈ ਨੂੰ ਬਿਲਕੁਲ ਨਹੀਂ ਦੇਣਾ ਜੇ ਮੈਂ ਇੱਥੇ ਟਿਕ ਕਰਤਾ ਤਾਂ ਇਟਾਲੀਅਨ ਦੇ ਨਾਲ ਨਾਲ ਸੀ ਤੇ ਈ ਦੇ ਵਿੱਚ ਕੀ ਕਾਮਨ ਹੋ ਜਾਊਗਾ ਪੋਰਟੂਗੀਜ਼ ਵੀ ਕਾਮਨ ਹੋ ਜਾਊਗਾ ਠੀਕ ਹੈ ਤਾਂ ਈ ਆਪਾਂ ਇੱਥੇ ਕਾਟਾ ਮਾਰਤਾ ਕਿ ਨਹੀਂ ਦੇਣਾ ਹੁਣ ਦੇਖੋ ਜੇ ਆਪਾਂ ਧਿਆਨ ਨਾਲ ਦੇਖੀਏ ਡੀ ਨੂੰ ਦੇਣਾ ਨਹੀਂ ਤਾਂ ਤਿੰਨ ਜਣੇ ਜਿਹੜੇ ਬੱਚੇ ਉਹ ਕੌਣ ਬੱਚਿਆ ਏ ਬੀ ਸੀ ਬੱਚੇ ਠੀਕ ਹੈ ਏ ਬੀ ਸੀ ਬੱਚੇ ਤਿੰਨ ਜਣੇ ਹੁਣ ਚੈੱਕ ਕਰ ਲੈਨੇ ਆ ਕੋਈ ਰੂਲ ਤਾਂ ਨਹੀਂ ਬ੍ਰੇਕ ਹੋ ਰਿਹਾ ਹਾਂਜੀ ਬੀ ਸੀ ਨੂੰ ਦਿੱਤਾ ਡੀ ਨੂੰ ਨਹੀਂ ਦਿੱਤਾ ਠੀਕ ਹੈ ਬੀ ਸੀ ਡੀ ਵਿੱਚ ਕੌਨਲੀ ਕਾਮਨ ਲੈਂਗੁਏਜ ਕੀ ਸੀ ਸਪੈਨਿਸ਼ ए, ए, ए दो, दो बी ਨੂੰ ਦਿੱਤਾ ਈ ਨੂੰ ਨਹੀਂ ਦੇਣਾ ਠੀਕ ਹੈ ਕੋਈ ਵੀ ਰੂਲ ਬ੍ਰੇਕ ਨਹੀਂ ਹੋਇਆ ਹੁਣ ਦੇਖਦੇ ਆ ਆਪਣੇ ਕਿੰਨੇ ਹੋ ਗਏ ਏ ਦੇ ਬਣ ਗਏ 3 ਈ ਦੇ ਬਣ ਗਏ 2 ਦੋ ਹੀ ਬਣੇ ਸੀ ਦੇ ਕਿੰਨੇ ਬਣ ਗਏ 4 ਬੀ ਦੇ ਵੀ 4 ਬਣ ਗਏ ਹੁਣ ਦੇਖੋ ਜਿਹੜਾ ਆਪਣਾ 4 ਵਾਲਾ ਉਹ ਆਪਾਂ ਬੀ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਬੀ ਨੂੰ ਜੇ ਮੈਂ ਇਟਾਲੀਅਨ ਵੀ ਦੇਦਾ ਤਾਂ ਰੂਲ ਦੇਖੋ ਕੋਈ ਬ੍ਰੇਕ ਤਾਂ ਨਹੀਂ ਹੋ ਰਿਹਾ ਬੀ ਸੀ ਇਕੋਲਾ ਬੀ ਸੀ ਡੀ ਕੋਲ ਤਾਂ ਨਹੀਂ ਹੈ A B E ਨਹੀਂ ਹੈ ਕੋਈ ਰੂਲ ਨਹੀਂ ਬ੍ਰੇਕ ਹੋ ਰਿਹਾ ਤਾਂ ਆਪਣਾ ਪੰਜ ਲੈਂਗੁਏਜ ਵਾਲਾ ਕਿਹੜਾ ਹੋਏਗਾ B ਫਾਈਵ ਲੈਂਗੁਏਜਸ ਵਾਲਾ B ਫੋਰ ਲੈਂਗੁਏਜਸ ਵਾਲਾ C ਤਿੰਨ ਲੈਂਗੁਏਜ ਵਾਲਾ A ਦੋ ਲੈਂਗੁਏਜ ਵਾਲਾ E ਤੇ ਇੱਕ ਲੈਂਗੁਏਜ ਵਾਲਾ ਕਿਹੜਾ ਆ ਗਿਆ D ਆ ਗਿਆ ਠੀਕ ਹੈ ਚਲੋ ਆਨਸਰਸ ਦਿੰਨੇ ਆ ਕੀ ਕਹਿ ਰਿਹਾ ਪਹਿਲਾ ਕੁਐਸਚਨ ਕਿਹੜਾ ਬੰਦਾ ਇਹੋ ਜਿਹਾ ਜਿਹੜੀ ਪੰਜੋ ਦੀ ਪੰਜੋ ਲੈਂਗੁਏਜ ਬੋਲ ਰਿਹਾ ਹੈ ਹਾਂਜੀ ਕੌਣ ਬੋਲ ਰਿਹਾ ਹੈ B ਬੋਲ ਰਿਹਾ ਹੈ ਨੈਕਸਟ ਹੈ ਕਿ ਉਹ ਪਰਸਨ ਦੱਸੋ ਜਿਹੜਾ ਸਪੈਨਿਸ਼ ਬੋਲ ਰਿਹਾ ਹੈ ਹਾਂਜੀ ਕੁਐਸਚਨ ਥੋੜਾ ਥੱਲੇ ਜਾ ਰਿਹਾ ਤੁਹਾਨੂੰ ਸ਼ਾਇਦ ਨਹੀਂ ਦਿਖ ਰਿਹਾ ਹੋਵੇਗਾ ਮੈਂ ਪੜ੍ਹਦਾ ਕਿ ਸਪੈਨਿਸ਼ ਵਾਲਾ ਪੁੱਛਿਆ ਕਿਹੜਾ ਬੰਦਾ ਸਪੈਨਿਸ਼ ਨਹੀਂ ਬੋਲ ਰਿਹਾ ਤਾਂ ਕਿਹੜਾ ਨਹੀਂ ਬੋਲ ਰਿਹਾ ਈ ਨਹੀਂ ਬੋਲ ਰਿਹਾ ਨੈਕਸਟ ਕੁਐਸਚਨ ਹੈ ਕਿਹੜਾ ਪਰਸਨ ਇੰਗਲਿਸ਼ ਵੀ ਨਹੀਂ ਬੋਲਦਾ ਤੇ ਇਟਾਲੀਅਨ ਵੀ ਨਹੀਂ ਬੋਲਦਾ ਇੰਗਲਿਸ਼ ਤੇ ਇਟਾਲੀਅਨ ਦੋਨੋਂ ਨਹੀਂ ਬੋਲਦੇ ਹੁਣ ਦੇਖੋ ਇੰਗਲਿਸ਼ ਤੇ ਇਟਾਲੀਅਨ ਇੰਗਲਿਸ਼ ਆ ਤੇ ਇਟਾਲੀਅਨ A ਨਹੀਂ ਬੋਲਦਾ B ਬੋਲਦਾ C ਵੀ ਬੋਲਦਾ D ਵੀ ਨਹੀਂ ਬੋਲਦਾ E ਚੋਂ ਇੱਕ ਬੋਲਦਾ ਤਾਂ ਆਪਣਾ ਆਨਸਰ ਆ ਜਾਊਗਾ A ਐਂਡ D ਤਾਂ ਕੀ ਆ ਜਾਊਗਾ A ਐਂਡ D ਠੀਕ ਹੈ ਉਹਨੇ ਪਹਿਲੇ ਦੱਸਿਆ ਹੈ ਪੇਅਰ ਆਫ ਪਰਸਨਸ ਤਾਂ ਪੇਅਰ ਆਫ ਪਰਸਨਸ ਮਤਲਬ ਦੋ ਬੰਦੇ ਤਾਂ ਹੋਣਗੇ ਹੋਣਗੇ ਕੀ ਆਨਸਰ ਆ ਗਿਆ A ਐਂਡ D ਚਲ ਅਗਲੇ ਕੁਐਸਚਨ ਵੱਲ ਵਧਦੇ ਆ ਅਗਲਾ ਕੁਐਸਚਨ ਹਾਂਜੀ ਨੈਕਸਟ ਕੁਐਸਚਨ ਫੇਰ ਪਜ਼ਲ ਦਾ ਹੈ ਬਹੁਤ ਧਿਆਨ ਨਾਲ ਸੁਣਿਓ ਔਖਾ ਹੈ ਹਾਂਜੀ ਵੀਡੀਓ ਨੂੰ ਦੁਬਾਰਾ ਵੀ ਦੇਖਣਾ ਪੈ ਸਕਦਾ ਹੈ ਧਿਆਨ ਨਾਲ ਸੁਣਿਓ ਕੁਐਸਚਨ ਅੱਛਾ ਕੁਐਸਚਨ ਹੈ ਸੱਤ ਫਰੈਂਡਸ ਨੇ ਪਾਰਟੀ ਤੇ ਮਿਲੇ ਆਪਾਂ ਨੇ ਬਜ਼ਲ ਕਿਦ ਸ਼ੁਰੂ ਕਰਨਾ ਹੈ ਬੰਦਿਆ ਦੇ ਨਾਂ ਤੋਂ ਚਲੋ ਬੰਦਿਆ ਦੇ ਨਾਂ ਆ ਗਏ ਸੱਤ ਦੋਸਤ ਨੇ ਫਟਾਫਟ ਅਸੀਂ ਬੰਦਿਆ ਦੇ ਨਾਂ ਲਿਖਤੇ ਵੇਟ ਨਹੀਂ ਕਰਨੀ ਨਾਲ-ਨਾਲ ਪੜੀ ਜਾਵਾਂਗੇ ਨਾਲ-ਨਾਲ ਬਣਾਈ ਜਾਵਾਂਗੇ ਕੀ ਕਹਿੰਦਾ ਦੇਸ਼ ਸ਼ੇਕ ਹੈਂਡਸ ਵਿਦ ਈਚ ਅਦਰ ਆ ਇੱਕ ਦੂਸਰੇ ਨਾਲ ਹੱਥ ਮਿਲਾ ਰਹੇ ਨੇ ਕਿਸੇ ਪਾਰਟਿਕੂਲਰ ਵੇਚ ਆਡ ਨੰਬਰਡ ਪਰਸਨਸ ਡੂ ਨੋਟ ਸ਼ੇਕ ਹੈਂਡਸ ਵਿਦ ਈਵਨ ਨੰਬਰਡ ਪਰਸਨਸ ਉਹਨੇ ਕਿਹਾ ਜਿਹੜੇ ਆਡ ਹੈਂਡਸ਼ੇਕ ਕਰ ਰਿਹਾ ਉਹ ਈਵਨ ਨਾਲ ਹੈਂਡਸ਼ੇਕ ਨਹੀਂ ਕਰ ਰਿਹਾ ਆਡ ਪਰਸਨਸ ਹੁਣ ਆਡ ਪਰਸਨਸ ਕੀ ਹੈ ਅਕੋਰਡਿੰਗ ਟੂ देयर ਪੋਜੀਸ਼ਨ ਵੈਲਿਊਜ਼ ਹਾਂਜੀ ਇਹ ਪਹਿਲਾ ਬੀ ਦੂਜਾ ਸੀ ਤੀਜਾ ਆ ਪੋਜੀਸ਼ਨ ਵੈਲਿਊਜ਼ ਹੋਗੀ ਆਪਾਂ ਇਥੇ ਪੋਜੀਸ਼ਨ ਵੈਲਿਊਜ਼ ਲਿਖ ਦਿੰਨੇ ਆ ਆਪਣੇ ਕੋਲ ਸੱਤ ਬੰਦੇ ਨੇ ऑड वाले कि आ गए जी आई के एम ऑड वाले सिर्फ ऑड वाल ही हैंडशेक कर रहे ईवन वाले ईवन हैंडशेक कर रहे ऑड वाले ऑड वाले हैंडशेक कर रहे हैं ईवन वाले ईवन वाल हैंडशेक कर रहे ने अगे उन्हें की किया इन्होंने टी शर्ट्स भी पाई है वक्रे वक्रे कलर की रेड वाइट येलो एंड ब्लैक हूँ देखो बंदे ने सत्त टी शर्टा ने चार ठीक है ਅੱਗੇ ਬਾੜਦੇ ਆ ਕੀ ਕਹਿੰਦਾ 9 2 इवन ਨੰਬਰ ਪਰਸਨਸ ਕੈਨ ਵੇਅਰ ది ਸ਼ਰਟ ਆਫ ది ਸੇਮ ਕਲਰ ਉਹਨੇ ਕਹਿੰਦਾ ਇਵਨ ਨੰਬਰ ਵਾਲਿਆਂ ਦੀ ਸ਼ਰਟ ਵੱਖਰੀ ਹੋਏਗੀ ਐਦਾਂ ਹੀ ਉਹਨੇ ਕਹਿੰਦਾ ਆਡ ਨੰਬਰ ਵਾਲਾ ਪਰਸਨ ਦੀ ਸ਼ਰਟ ਵੀ ਵੱਖਰੀ ਹੋਏਗੀ ਕੋਈ ਸੇਮ ਨਹੀਂ ਆਏਗੀ ਹੁਣ ਜਿਵੇਂ ਇਵਨ ਚ ਤਿੰਨ ਨੇ ਤਿੰਨਾਂ ਦੀ ਟੀ-ਸ਼ਰਟ ਦਾ ਕਲਰ ਵੱਖਰਾ ਹੋਏਗਾ ਆਡ ਚ ਚਾਰ ਨੇ ਚਾਰਾਂ ਦੀ ਟੀ-ਸ਼ਰਟ ਦਾ ਕਲਰ ਕੀ ਹੋਏਗਾ ਵੱਖਰਾ ਸਾਰੇ ਦੇ ਸਾਰੇ ਬੰਦੇ ਕਿਸੇ ਨਾ ਕਿਸੇ ਨਾਲ ਹੈਂਡਸ਼ੇਕ ਕਰ ਰਹੇ ਨੇ ਐਟ ਲੀਸਟ ਇੱਕ ਬੰਦੇ ਨਾਲ ਤਾਂ ਹੈਂਡਸ਼ੇਕ ਕਰ ਹੀ ਰਹੇ ਨੇ ਐਦਾ ਕੋਈ ਬੱਚਾ ਨਹੀਂ ਹੈ ਜਿਹੜਾ ਕਿਸੇ ਨਾਲ ਹੈਂਡਸ਼ੇਕ ਨਾ ਕਰ ਰਿਹਾ ਹੋਵੇ ਕਲੀਅਰ ਚਲੋ ਕੁਐਸਚਨ ਸ਼ੁਰੂ ਕਰਦੇ ਹਾਂ ਕਿ ਇਕਲੌਤਾ ਪਰਸਨ ਆ ਜਿਹੜਾ ਹੈਂਡਸ਼ੇਕ ਕਰ ਰਿਹਾ 올 ઓਡ ਨੰਬਰ ਪਰਸਨਸ ਨਾਲ ਬਟ ਹੀ ਇਜ਼ ਨਾਟ ਵੇਅਰਿੰਗ ਅ ਬਲੈਕ ਸ਼ਰਟ ਕਹਨੇ ਬਲੈਕ ਟੀ-ਸ਼ਰਟ ਨਹੀਂ ਪਾਈ ਕੀ ਇਕਲੌਤਾ ਉਹ ਬੰਦਾ ਹੈ ਆਡ ਨੰਬਰਸ 'ਚ ਜਿਹੜਾ ਸਾਰੇ ਆਡ ਨੰਬਰਸ ਨਾਲ ਹੈਂਡਸ਼ੇਕ ਕਰ ਰਿਹਾ ਹੁਣ ਕੇ ਜੀ ਦੇ ਨਾਲ ਹੈਂਡਸ਼ੇਕ ਕਰ ਰਿਹਾ ਕੇ ਆਈ ਦੇ ਨਾਲ ਵੀ ਕਰ ਰਿਹਾ ਕੇ ਐਮ ਦੇ ਨਾਲ ਵੀ ਕਰ ਰਿਹਾ ਹੁਣ ਦੇਖੋ ਜਦੋਂ ਆਪਾਂ ਹੱਥ ਮਿਲਾਨੇ ਆ ਕੇ ਨੇ ਜੀ ਵੱਲ ਵਧਾਇਆ ਤਾਂ ਜੀ ਨੇ ਵੀ ਤਾਂ ਕੇਵਲ ਵਧਾਇਆ ਹੱਥ ਹਾਂਜੀ ਵਧਾਇਆ ਨਾ ਤਾਂ ਦੇਖੋ ਕੇ ਨੇ ਜੀ ਨਾਲ ਹੈਂਡਸ਼ੇਕ ਕੀਤਾ ਤਾਂ ਜੀ ਨੇ ਕੇ ਦੇ ਨਾਲ ਵੀ ਤਾਂ ਕੀਤਾ ਐਦਾਂ ਹੀ ਕੇ ਨੇ ਆਈ ਨਾਲ ਕੀਤਾ ਤਾਂ ਆਈ ਨੇ ਵੀ ਤਾਂ ਕੇ ਨਾਲ ਕੀਤਾ ਕੇ ਨੇ ਐਮ ਨਾਲ ਕੀਤਾ ਤਾਂ ਐਮ ਨੇ ਵੀ ਕੇ ਨਾਲ ਕੀਤਾ ਹਾਂਜੀ ਜਦੋਂ ਆਪਾਂ ਹੱਥ ਵਧਾਉਂਦੇ ਆ ਇੱਕ ਦੂਸਰੇ ਵੱਲ ਤਾਂ ਦੂਸਰਾ ਬੰਦਾ ਵੀ ਤਾਂ ਵਧਾਉਂਦਾ ਹੈ ਨਾ ਤਾਂ ਜਦੋਂ ਕੇ ਨੇ ਹੈਂਡਸ਼ੇਕ ਕੀਤਾ ਤਾਂ ਆਈ ਨੇ ਵੀ ਉਹਦੇ ਨਾਲ ਹੈਂਡਸ਼ੇਕ ਕੀਤਾ ਠੀਕ ਆ ਆ ਲਿਖਣਾ ਭੁੱਲਣਾ ਨਹੀਂ ਹੈ ਨਹੀਂ ਤਾਂ ਕੁਐਸਚਨ ਗਲਤ ਹੋ ਜਾਊਗਾ ਚਲੋ ਅਗਿਓ ਨੇ ਕੀ ਕਿਹਾ ਐਲ ਇਜ਼ ਵੇਅਰਿੰਗ ਅ ਰੈਡ ਸ਼ਰਟ ਐਲ ਨੇ ਰੈਡ ਸ਼ਰਟ ਪਾਈਆ ਐਂਡ ਸ਼ੇਕ ਹੈਂਡਸ ਓਨਲੀ ਵਿਦ ਐਚ ਤਾਂ ਐਲ ਕਿਹਦੇ ਨਾਲ ਹੈਂਡਸ਼ੇਕ ਕਰ ਰਿਹਾ ਸਿਰਫ ਐਚ ਦੇ ਨਾਲ ਹੁਣ L only H L ਕਿਹਦੇ ਨਾਲ ਹੈਂਡਸ਼ੇਕ ਕਰ ਰਿਹਾ ਸਿਰਫ H ਦੇ ਨਾਲ L ਨੇ H ਨਾਲ ਹੈਂਡਸ਼ੇਕ ਕੀਤਾ ਤੇ H ਕਿਹਦੇ ਨਾਲ ਕਰੂਗਾ L ਨਾਲ ਹੁਣ ਇੱਥੇ ਮੈਂ only ਲਿਖ ਦਿੰਨੀ ਆ ਕਿਦਾ ਹੋਰ ਕਿਸੇ ਨਾਲ ਹੈਂਡਸ਼ੇਕ ਨਹੀਂ ਹੋਣਾ ਠੀਕ ਹੈ ਕਿਉਂਕਿ ਇਵਨ ਤਾਂ ਆਪਣੇ ਕੋਲ K J ਵੀ ਆ ਤੇ H ਵੀ ਹੈ H ਨਾਲ ਉਹ ਕਰ ਚੁੱਕਿਆ ਜੇ ਇੱਥੇ ਆਣਾ ਨਹੀਂ only ਵਰਡ ਲਿਖਦਾ ਅੱਗੇ ਉਹਨੇ ਕੀ ਕਿਹਾ ਜਿਹੜੇ ਪਰਸਨਸ yellow shirt ਪਾ ਰਹੇ ਨੇ ਉਹ ਸਿਰਫ only ਕਿਹਦੇ ਨਾਲ ਹੈਂਡਸ਼ੇਕ ਕਰਨਗੇ white ਨਾਲ ਇਹਦੇ ਨਾਲ ਹੀ ਕੁਐਸਚਨ ਕੰਪਲੀਟ ਹੋਣਾ ਹੈ ਆ ਲਾਈਨ ਨੂੰ ਬਹੁਤ ਧਿਆਨ ਨਾਲ ਸਮਝਣਾ ਹੈ ਉਹਨੇ ਕਿਹਾ ਜਿਹੜੇ ਬੱਚੇ yellow ਟੀ-ਸ਼ਰਟ ਪਾ ਰਹੇ ਨੇ ਉਹ ਸਿਰਫ white ਵਾਲੇ ਨਾਲ ਹੈਂਡਸ਼ੇਕ ਕਰਨਗੇ yellow ਵਾਲੇ ਸਿਰਫ white ਨਾਲ ਕਰਨਗੇ white ਵਾਲੇ ਕਿਸੇ ਹੋਰ ਨਾਲ ਕਰ ਸਕਦੇ ਨੇ ਠੀਕ ਹੈ ਹੁਣ ਜਿਵੇਂ ਕਿ ਕਿਆ ਉਹਨੇ lk ਦੇ ਨਾਲ lh ਦੇ ਨਾਲ ਹੈਂਡਸ਼ੇਕ ਕਰ ਰਿਹਾ ਓਨਲੀ ਪਰ h ਕਿਸੇ ਹੋਰ ਨਾਲ ਕਰ ਸਕਦਾ ਹੈ ਪਰ l ਨਹੀਂ ਕਰੂਗਾ એ ધ યેલો વાલા વાઇટલ હેન્ડશેક કર સકਦਾ હે પર વાઇટ વાલા કિસી હોર નાલ નહીં કરેગા ઓન્લી ਦਾ મતલબ યહી હે સિર્ફ યેલો વાલે સિર્ફ કિનેલ હેન્ડશેક કર રહે હે વાઇટ નાલ અગ્ગે બડતે હૈ જી ડઝ નોટ વેર અ બ્લેક શર્ટ જીને બ્લેક શર્ટ તપાઈ નહીં બટ શેક્સ હેન્ડ્સ વિથ ધ પર્સન્સ হু વેરસ અ બ્લેક શર્ટ જીને બ્લેક શર્ટ નહીં પાય પર ઓ બ્લેક શર્ટ વાલે નાલ હેન્ડશેક જરૂર કર રહે હે Black shirt is worn by only one person. ਹੁਣ ਦੇਖੋ ਆਪਣੇ ਕੋਲ ਆ ਤਿੰਨ ਟੀ-ਸ਼ਰਟਸ ਨੇ। ਠੀਕ ਹੈ ਇਹਨਾਂ ਦੇ ਅਲੱਗ-ਅਲੱਗ ਕਲਰ ਹੋਣੇ ਆ ਤੇ ਚਾਰ ਇਹਨਾਂ ਦੇ ਤੇ ਚਾਰਾ ਦੇ ਵੱਖਰੇ ਚਾਰ ਟੀ-ਸ਼ਰਟਾਂ ਆ ਚਾਰਾਂ ਦੇ ਵੱਖਰੇ ਹੋਣੇ ਜੀਦੇ ਆ। Black ਉਹ ਬੰਦਾ ਹੈ ਜਿਹੜਾ ਸਿਰਫ ਇੱਕੋ ਬੰਦੇ ਨੇ ਪਾਈ ਆ ਟੀ-ਸ਼ਰਟ। That is not I. ਆਈ ਨੇ ਵੀ ਨਹੀਂ ਪਾਈ। ਹੁਣ ਦੇਖੋ ਆਪਣੇ ਕੋਲ odd 'ਚ ਚਾਰ ਬੰਦੇ ਨੇ। ਚਾਰਾਂ 'ਚੋਂ ਇੱਕ ਕਲਰ ਤਾਂ ਕਾਲਾ ਆਣੀ ਆਣਾ ਪੈਗਾ ਕਿਉਂਕਿ ਚਾਰਾਂ ਦੀ ਟੀ-ਸ਼ਰਟ ਵੱਖਰੀਆਂ ਨੇ ਤੇ ਚਾਰੀ ਟੀ-ਸ਼ਰਟਾਂ ਹੁਣ ਦੇਖੋ ਕਿੱਥੇ ਆਊਗਾ ਕਾਲਾ ਜੀ ਤੇ ਨਹੀਂ ਆਣਾ ਆਈ ਤੇ ਵੀ ਨਹੀਂ ਆਣਾ ਕੇ ਤੇ ਵੀ ਨਹੀਂ ਆਣਾ ਤਾਂ ਕੀ ਬੱਚਿਆ ਐਮ ਹੁਣ ਬਲੈਕ ਟੀ-ਸ਼ਰਟ ਸਿਰਫ ਇੱਕੋ ਜਣੇ ਨੇ ਪਾਈ ਆ ਤੇ ਉਹਦਾ ਨਾਂ ਕੀ ਹੈ ਐਮ ਹੁਣ ਇੱਕ ਚੀਜ਼ ਹੋਰ ਦੱਸੀ ਹੋਈ ਸੀ ਕਿ ਜਿਹੜਾ ਜੀ ਹੈ ਉਹਨੇ ਕਾਲੀ ਟੀ-ਸ਼ਰਟ ਨਹੀਂ ਪਾਈ ਪਰ ਉਹਨੇ ਕਾਲੀ ਟੀ-ਸ਼ਰਟ ਵਾਲੇ ਨਾਲ ਹੈਂਡਸ਼ੇਕ ਕੀਤਾ ਤਾਂ ਇੱਧਰ ਆ ਗਿਆ ਐਮ ਇੱਧਰ ਆ ਗਿਆ ਜੀ ਐਮ ਨੇ ਕਿਹਦੇ ਨਾਲ ਹੈਂਡਸ਼ੇਕ ਕੀਤਾ ਜੀ ਨਾਲ ਤੇ ਜੀ ਨੇ ਕਿਹਦੇ ਨਾਲ ਕੀਤਾ ਐਮ ਨਾਲ ਕਲੀਅਰ ਚਲੋ ਹੁਣ ਆਪਣਾ ਕੁਐਸਚਨ ਹੋ ਗਿਆ ਖਤਮ ਕਵੈਸਚਨ ਹੋ ਗਿਆ ਆਪਣਾ ਖਤਮ ਬਾਕੀ ਆਪਾਂ ਨੇ ਹੁਣ ਖੁਦ ਡਰਾਈਵ ਕਰਨਾ ਕਿ ਕੀ ਆਣਾ ਅੱਗੇ ਠੀਕ ਹੈ ਹੁਣ ਦੇਖੋ ਆਪਣੇ ਕੋਲ ਆਡ ਨੰਬਰ ਵਿੱਚ ਆਡ ਵਿੱਚ ਆਪਣੇ ਕੋਲ ਆ ਤਿੰਨ ਕਲਰਸ ਪਏ ਆ ਠੀਕ ਹੈ ਆ ਤਿੰਨ ਇੱਥੇ ਬਾਣਿਆ ਹੁਣ ਸਾਡੇ ਕੋਲ ਇੱਕ ਲਾਈਨ ਸੀਗੀ ਕਿ ਜਿਹੜਾ yellow ਵਾਲਾ ਉਹ ਕਿਹਦੇ ਨਾਲ ਹੈਂਡਸ਼ੇਕ ਕਰ ਰਿਹਾ ਸਿਰਫ white ਨਾਲ yellow ਵਾਲਾ ਕਿਹਦੇ ਨਾਲ ਹੈਂਡਸ਼ੇਕ ਕਰ ਰਿਹਾ ਸਿਰਫ white ਨਾਲ ਹੁਣ ਜੇ ਮੈਂ ਇੱਥੇ yellow ਪਾਦਾ ਆ ਸਕਦਾ ਨਹੀਂ ਆ ਸਕਦਾ ਕਿਉਂ ਨਹੀਂ ਆ ਸਕਦਾ ਦੇਖੋ ਆਪਣੇ ਕੋਲ yellow ਵਾਲਾ white ਨਾਲ ਕਰ ਰਿਹਾ ਪਰ ਜਿਹੜਾ ਆ ਬੰਦਾ ਐ M ਨਾਲ ਹੈਂਡਸ਼ੇਕ ਕਰ ਰਿਹਾ ਤੇ M ਨੇ ਕੀ ਪਾਇਆ ਕਾਲਾ ਕੱਪੜਾ ਠੀਕ ਹੈ ਤਾਂ ਨਹੀਂ ਆ ਸਕਦਾ ਹੁਣ ਇਹਨੂੰ ਰੱਬ ਕਰ ਦਿੰਦੇ ਆ ਇੱਧਰ yellow ਧਾਣਾ ਨਹੀਂ ਹੁਣ ਜੇ ਮੈਂ yellow ਇੱਥੇ ਦੇ ਦਾਂ ਇੱਥੇ ਵੀ ਨਹੀਂ ਆ ਸਕਦਾ ਕਿਉਂ ਨਹੀਂ ਆ ਸਕਦਾ ਕਿਉਂਕਿ ਜਿਹੜਾ G ਹੈ ਉਹ ਕਾਲੇ ਕੱਪੜੇ ਨਾਲ ਹੈਂਡਸ਼ੇਕ ਕਰ ਰਿਹਾ ਕਾਲੇ ਵਾਲੇ ਨਾਲ ਠੀਕ ਹੈ ਤਾਂ ਆਪਣੇ ਕੋਲ ਕੀ ਕਿਹਾ yellow ਵਾਲਾ ਸਿਰਫ ਕਿਹਦੇ ਨਾਲ ਹੈਂਡਸ਼ੇਕ ਕਰ ਰਿਹਾ ਹੈ white ਨਾਲ ਤੇ ਇੱਥੇ ਵੀ ਕੱਟ ਗਿਆ ਜੇ ਦੇਖਿਆ ਜਾਏ ਤਾਂ yellow ਵਾਲਾ ਕਿੱਥੇ ਆਏਗਾ ਜਿਹੜਾ ਇਕੱਲੇ ਬੰਦੇ ਨਾਲ ਹੈਂਡਸ਼ੇਕ ਕਰ ਰਿਹਾ ਹੈ yellow ਇੱਥੇ ਆ ਗਿਆ ਆ ਕਿਹਦੇ ਨਾਲ ਹੈਂਡਸ਼ੇਕ ਕਰ ਰਿਹਾ ਕੀ ਨਾਲ ਤਾਂ ਕੀ ਦੀ ਆਜੂਗੀ white yellow ਵਾਲਾ ਸਿਰਫ white ਨਾਲ ਕਰ ਰਿਹਾ ਪਰ white ਵਾਲਾ ਕਿਸੇ ਹੋਰ ਨਾਲ ਕਰ ਸਕਦਾ ਹੈ ਕਿਉਂਕਿ yellow ਵਾਲਾ only ਵਰਡ ਆ ਗਿਆ ਕਿ yellow ਵਾਲਾ ਸਿਰਫ white ਨਾਲ ਕਰ ਰਿਹਾ ਹੁਣ ਆਪਣੇ ਕੋਲ ਬੋਰਡ ਵਿੱਚ yellow white black ਆ ਗਿਆ ਤਾਂ ਇੱਥੇ ਕੀ ਬਚ ਗਿਆ red ਇੱਥੇ ਕੀ ਬਚ ਗਿਆ red ਹੁਣ even ਵਾਲੇ ਦੇਖਦੇ ਆਂ even 'ਚ ਇੱਕ red ਤਾਂ ਆ ਗਿਆ ਹੁਣ yellow ਤੇ white ਪਾਣਾ ਤੇ ਆਪਾਂ ਨੇ ਆਪਾਂ ਨੂੰ ਆ ਵੀ ਦਿੱਤਾ ਕਿ ਹਰੇਕ ਬੰਦਾ ਕਿਸੇ ਨਾ ਕਿਸੇ ਨਾਲ ਹੈਂਡਸ਼ੇਕ ਕਰ ਰਿਹਾ ਹੈ ਹਜੇ ਤੱਕ ਜਿਆਦਾ ਹੈਂਡਸ਼ੇਕ ਨਹੀਂ ਆਇਆ ਹੁਣ l ਤਾਂ j ਨਾਲ ਕਰ ਹੀ ਨਹੀਂ ਸਕਦਾ ਕਿਉਂਕਿ only word ਸੀਗਾ ਕਿ l ਸਿਰਫ h ਨਾਲ ਕਰ ਰਿਹਾ ਤਾਂ ਇਹਨਾਂ ਦੋਨਾਂ ਦਾ ਆਪਸ 'ਚ ਹੈਂਡਸ਼ੇਕ ਕਰਾਓ ਇੱਥੇ ਆ ਜਾਊਗਾ h ਇੱਧਰ ਆ ਜਾਊਗਾ j ਕਿਉਂਕਿ ਆ ਕਿਸੇ ਨਾ ਕਿਸੇ ਨਾਲ ਤਾਂ ਹੈਂਡਸ਼ੇਕ ਕਰੂਗਾ ਕਰੂਗਾ ਤੇ ਕਿਹਦੇ ਨਾਲ ਕਰੂਗਾ ਈਵਨ ਨੰਬਰਡ ਪਰਸਨ ਨਾਲ ਹੀ ਕਿਉਂਕਿ ਆਪਣੇ ਕੁਐਸਚਨ ਚ ਕੰਡੀਸ਼ਨ ਸਿਗੀ ਕਿ ਈਵਨ ਨੰਬਰਡ ਵਾਲੇ ਈਵਨ ਨਾਲ ਹੈਂਡਸ਼ੇਕ ਕਰ ਰਹੇ ਨੇ ਅੱਗੇ ਦੇਖਦੇ ਹਾਂ ਹੁਣ ਕਲਰ yellow ਤੇ white ਹੁਣ ਦੇਖੋ ਜੇ ਮੈਂ ਇੱਥੇ yellow ਪਾਦਾ ਤਾਂ ਨਹੀਂ ਬਣੂਗਾ ਕਿਉਂ ਕਿ ਜਿਹੜਾ H ਆ ਉਹ ਜਿਹੜਾ H ਹੈ ਉਹ L ਨਾਲ ਹੈਂਡਸ਼ੇਕ ਕਰ ਰਿਹਾ ਤਾਂ ਉਹਨੇ ਕੀ ਪਾਇਆ ਲਾਲ ਕਪੜਾ ਤਾਂ yellow ਆਜੂਗਾ ਇੱਧਰ ਤੇ ਇੱਧਰ ਆਜੂਗਾ white yellow ਥੱਲੇ white ਉੱਤੇ ਠੀਕ ਹੈ ਚਲੋ ਕੁਐਸਚਨ ਕੀ ਹੈ ਹੂ ਅਮੰਗ ਦਾ ਫੋਲੋਇੰਗ ਵੇਅਰ ਦੀ ਵਾਈਟ ਸ਼ਰਟ 옵ਸ਼ਨਸ ਦਿੱਤੀਆਂ ਵਾਈਟ ਸ਼ਰਟ ਕਿਨੇ ਕਿਨੇ ਪਾਈ ਹੈ ਹੁਣ ਦੇਖੋ ਵਾਈਟ ਪਾਈ ਹੈ ਐਚ ਨੇ ਪਾਈ ਹੈ ਤੇ ਕੇ ਨੇ ਪਾਈ ਹੈ ਤਾਂ ਜਿਹੜੀ 옵ਸ਼ਨ ਚ ਦਿੱਤਾ ਆਏਗਾ ਉਹ ਆਨਸਰ ਹੋਏਗਾ ਅੱਗੇ ਦੇਖੋ ਜੀ ਵੇਅਰਸ ਵਿਚ ਸ਼ਰਟ ਕਲਰ ਜੀ ਨੇ ਕਿਹੜੀ ਸ਼ਰਟ ਦਾ ਕਲਰ ਪਾਇਆ ਜੀ ਨੇ ਕਿਹੜਾ ਪਾਇਆ ਲਾਲ ਪਾਇਆ ਰੈੱਡ ਆਜੂਗਾ ਆਨਸਰ ਅੱਗੇ ਉਹਨੇ ਕੀ ਕਿਹਾ ਕੇ ਕਿਹਦੇ ਨਾਲ ਹੈਂਡਸ਼ੇਕ ਕਰ ਰਿਹਾ ਹੈ ਹਾਂਜੀ ਕੇ ਕਿਹਦੇ ਨਾਲ ਹੈਂਡਸ਼ੇਕ ਕਰ ਰਿਹਾ ਆ ਦੇਖੋ કેક કિદનал હેન્ડશેક કર રહા હૈ જી આ એન્ડ એમનલ કેક دا હેન્ડશેક કિદનал હૈ જી આ તે એમનલ ચલો નેક્સ્ટ ક્વેશ્ચન વાલ વાતે હે નેક્સ્ટ ક્વેશ્ચન હે અપના રેન્કિંગ દા હાંજી ક્વેશ્ચન ચ કીહા જા રહા હૈ ઇના રો ઓફ સ્ટુડન્ટ સ્ટુડન્ટ્સ દી રો હૈ રમેશ આટ 12થ ફ્રોમ લેફ્ટ કાશી હે 17થ ફ્રોમ રાઇટ ਆਪਾਂ ਨੇ ਲੈਫਟ ਹਮੇਸ਼ਾ ਇੱਥੇ ਰੱਖਣਾ ਹੈ ਤੇ ਰਾਈਟ ਇੱਥੇ ਰੱਖਣਾ ਹੈ ਜੇ ਕੁਝ ਵੀ ਨਹੀਂ ਦਿੱਤਾ ਵੈਨ ਰਮੇਸ਼ ਐਂਡ ਕਾਸ਼ੀ ਇੰਟਰਚੇਂਜ देयर ਪੋਜੀਸ਼ਨਸ ਹੁਣ ਇੰਟਰਚੇਂਜ ਦਾ ਮਤਲਬ ਕੀ ਹੁੰਦਾ ਉਹਨਾਂ ਨੇ ਆਪਸ ਵਿੱਚ ਸੀਟਾਂ ਬਦਲ ਲੀਆਂ ਇੱਥੇ ਆ ਗਈ ਕਾਸ਼ੀ ਇੱਥੇ ਆ ਗਿਆ ਰਮੇਸ਼ ਇਹਨਾਂ ਦੀ ਸੀਟਾਂ ਬਦਲੀਆਂ ਗਿਆ ਠੀਕ ਹੈ ਬੰਦਿਆਂ ਦੇ ਨਾਂ ਬਦਲੇਗੇ ਸੀਟ ਉਹੀ ਹੈ ਕਾਸ਼ੀ ਬਿਕਮਸ 27th ਫਰਮ ਰਾਈਟ ਕਾਸ਼ੀ ਕੀ ਬਣ ਗਈ 27th ਫਰਮ ਰਾਈਟ ਹੁਣ ਕੁਐਸਚਨ ਚ ਪੁੱਛਿਆ ਕਾਸ਼ੀ ਤੇ ਰਮੇਸ਼ ਦੇ ਬੱਚੇ ਦੱਸੋ ਕਿੰਨੇ ਨੇ ਵਿਚਕਾਰ ਕਾਸ਼ੀ ਤੇ ਰਮੇਸ਼ ਦੇ ਵਿਚਕਾਰ ਕਿੰਨੇ ਬੱਚੇ ਨੇ ਆ ਪੁੱਛਿਆ ਕਾਸ਼ੀ ਤੇ ਰਮੇਸ਼ ਦੇ ਵਿਚਕਾਰ ਕਿੰਨੇ ਬੱਚੇ ਨੇ ਹੁਣ ਦੇਖੋ ਇਹਦਾ ਦੋ ਤਰੀਕੇ ਨਾਲ ਹੋ ਸਕਦਾ ਕੁਐਸਚਨ ਪਹਿਲਾਂ ਮੈਂ ਤੁਹਾਨੂੰ ਸ Kandੀਆਂ ਸੌਖਾ ਤਰੀਕਾ ਫਿਰ ਔਖਾ ਸੌਖਾ ਤਰੀਕਾ ਦੇਖੋ ਇਹ ਰਮੇਸ਼ ਦੀ ਸੀਟ ਹੈ ਰਮੇਸ਼ ਦੀ ਸੀਟ ਹੈ ਆਹ ਵੀ ਰਮੇਸ਼ ਦੀ ਸੀਟ ਹੈ ਬੈਟ ਕੌਣ ਗਿਆ ਕੇ ਕਾਸ਼ੀ ਹੈ ਤਾਂ ਇੱਕੋ ਹੀ ਸੀਟ ਬੈਟ ਕੌਣ ਗਿਆ ਕੇ ਕਾਸ਼ੀ ਨਾਮ ਕਾਸ਼ੀ ਦਾ ਆ ਗਿਆ ਇੱਕੋ ਹੀ ਸੀਟ ਹੈ ਮੈਥੇ ਲਿਖ ਸਕਦੀਆਂ 27 ਰਾਈਟ ਜਾਂ 12th लेफ्ट ਹੁਣ ਦੇਖੋ ਮੈਨੂੰ ਜਦ ਵੀ ਵਿਚਕਾਰ ਦੇ ਬੱਚੇ ਕੱਢਣੇ ਆ ਜਾਂ ਤਾਂ ਦੋਨਾਂ ਤੋਂ ਇੱਕੋ ਸਾਈਡ ਦੀ ਪੋਜੀਸ਼ਨ ਵੈਲਿਊ ਚਾਹੀਦੀ ਹੈ ਜਾਂ ਮੈਨੂੰ ਦੋਨਾਂ ਨੂੰ ਐਡ ਕਰਕੇ ਕਰਨਾ ਪਏਗਾ ਹੁਣ ਦੇਖੋ ਆ ਰਮੇਸ਼ 27 ਰਾਈਟ ਤੋਂ ਰਮੇਸ਼ 27 ਰਾਈਟ ਤੋਂ ਤੱਕ ਆਕਾਸ਼ੀ ਕਿੱਥੇ ਹੈ 17 ਫਰਮ ਰਾਈਟ ਹੁਣ ਇਹਦੇ ਦੇ ਵਿਚਕਾਰ ਕਿੰਨੇ ਹੋਣਗੇ 27 ਤੋਂ 17 ਗਏ 10 ਪਰ ਬੱਚੇ ਕਿੰਨੇ ਆਣਗੇ 9 ਬੱਚੇ ਕਿੰਨੇ ਆਣਗੇ 9 ਆ ਦੇਖੋ ਜਦ ਵੀ ਆਪਣੇ ਕੋਲ ਇੱਕ ਬੱਚਾ ਹੈ 2 ਇੱਕ ਬੱਚਾ ਹੈ 4 2 ਤੇ 4 ਨੂੰ ਮਾਈਨਸ ਕਰਾਂਗੇ ਤਾਂ ਦੋ ਬੱਚੇ ਪਰ ਵਿਚਕਾਰ ਇੱਕੋ ਹੀ ਨੰਬਰ ਆ ਤਿੰਨ ਠੀਕ ਹੈ ਆਪਾਂ 4 ਚੋਂ 2 ਮਾਈਨਸ ਕਰਦੇ ਆ ਤਾਂ ਦੋ ਬੱਚੇ ਆਉਂਦੇ ਆ ਪਰ ਵਿਚਕਾਰ ਕਿੰਨਾ ਬੱਚਾ ਹੋਏਗਾ ਇੱਕ ਤਾਂ ਮੇਰਾ ਆਨਸਰ ਕੀ ਆਜੂਗਾ 9 ਚੈੱਕ ਵੀ ਕਰ ਲੈਨੇ ਆ 17 ਤੇ 27 ਦੇ ਵਿੱਚ 18 ਹੋਊਗਾ 19 ਹੋਊਗਾ 20 21 22 23 24 25 26 ਆ ਬੱਚੇ ਹੋਗੇ ਉੱਪਰ ਦੇਖੋ ਕਿੰਨੇ ਆ ਗਏ 1 2 3 4 5 5 4 9 9 ਬੱਚੇ ਆ ਗਏ ਤਾਂ ਕੀ ਆਨਸਰ ਆ ਗਿਆ ਆਪਣਾ 9 ਠੀਕ ਹੈ ਆਨਸਰ ਕੀ ਆ ਗਿਆ 9 ਹੁਣ ਦੂਸਰਾ ਤਰੀਕਾ ਜੋ ਬੱਚੇ ਫੋਲੋ ਕਰਦੇ ਆ ਦੂਸਰਾ ਤਰੀਕਾ ਕੀ ਹੈ ਇੱਕੋ ਬੱਚੇ ਦਾ ਰੈਂਕ ਅੱਗੇ ਪਿੱਛੇ ਤੋਂ ਦੇਤਾ ਪਹਿਲਾਂ ਟੋਟਲ ਬੱਚੇ ਕੱਢਣਗੇ ਫਿਰ ਇਧਰ ਰੈਂਕ ਦੂਸਰੀ ਸਾਈਡ ਤੋਂ ਕੱਢਣਗੇ ਫਿਰ ਮਾਈਨਸ ਕਰਨਗੇ ਠੀਕ ਹੈ ਪਰ ਆਪਾਂ ਨੇ ਉਹ ਕਰਕੇ ਕਿਉਂ ਟਾਈਮ ਵੇਸ ਕਰਨਾ ਜਦੋਂ ਸਾਨੂੰ ਪਤਾ ਹੈ ਕਿ ਆਹ ਰਮੇਸ਼ ਦੀ ਸੀਟ ਹੈ ਐਵੀ ਦੇ ਮੇਜ ਦੀ ਸੀਟ ਆ ਬੈਠਾ ਗੋਣਾ ਕੇ ਕਾਸ਼ੀ ਬੈਠ ਗਈ ਤਾਂ ਇੱਕੋ ਸੀਟ ਦੀ ਦੋ ਪੋਜੀਸ਼ਨ ਵੈਲਿਊਜ਼ ਨੇ ਤਾਂ ਇੱਥੇ ਮੈਂ ਸਟਾਈਰਾਈਟ ਲਿਖਦਾ ਇੱਥੇ ਬਾਰਾ ਲੈਫਟ ਲਿਖਦਾ ਕੋਈ ਫਰਕ ਨਹੀਂ ਪੈਣਾ ਅ ਸਟਾਈਰਾਈਟ ਹੈ ਸਟਾਰਾ ਰਾਈਟ ਤੇ ਇਹਨਾਂ ਦੇ ਵਿਚਕਾਰ ਕਿੰਨੇ ਬੱਚੇ ਆ ਗਏ 9 ਬੱਚੇ ਆ ਗਏ ਠੀਕ ਹੈ ਦੂਸਰਾ ਤਰੀਕਾ ਥੋੜਾ ਲੈਂਥੀ ਆ ਟਾਈਮ ਕੰਜ਼ਿਊਮਿੰਗ ਆ ਪਰ ਇੱਥੇ ਆਪਾਂ ਟਾਈਮ ਬਚਾਉਣਾ ਸਿੱਖਣਾ ਹੈ ਟਾਈਮ ਵੇਸ ਨਹੀਂ ਕਰਨਾ ਜਿਵੇਂ ਤੁਹਾਨੂੰ ਫੇਰ ਉਹ ਹੀ ਸਿਖਾਉਂਗੀ ਤਾਂ ਕੀ ਫਾਇਦਾ ਠੀਕ ਹੈ ਤੁਸੀਂ ਸਕਸੈਸ ਰੀਚ ਕਿਉਂ ਆਓਗੇ ਫੇਰ ਹਾਂਜੀ ਨੈਕਸਟ ਕੁਐਸਚਨ ਆ ਤਿੰਨ ਬੰਦੇ ਨੇ ਅਤੁਲ ਬਿੰਨੀ ਤੇ ਚਤੁਰ ਆਕਿਊਜ ਖੜੇ ਨੇ ਕਿਉਂ ਮਤਲਬ ਹੁੰਦਾ ਲਾਈਜ 8 ਬੰਦੇ ਨੇ ਬਿੰਨੀ ਤੇ ਚਤੁਰ ਦੇ ਵਿੱਚ ਪੰਜ ਬੰਦੇ ਨੇ ਅਤੁਲ ਤੇ ਬਿੰਨੀ ਦੇ ਵਿੱਚ ਅਤੁਲ ਦੇ ਬਿਹਾਈਂਡ 19 ਨੇ ਚਤੁਰ ਦੇ ਅਹੈਡ ਤਿੰਨ ਨੇ ਮਿਨੀਮਮ ਨੰਬਰ ਆਫ ਪਰਸਨਸ ਦੱਸੋ ਮਿਨੀਮਮ ਜਦੋਂ ਆਪਣੇ ਕੋਲ ਆਹ ਵਰਡ ਆ ਗਿਆ ਘੱਟ ਤੋਂ ਘੱਟ ਕਿੰਨੇ ਪਰਸਨਸ ਹੋਣਗੇ ਆ ਦੱਸਣਾ ਜੇ ਆਪਾਂ ਲੰਬਾ ਤਰੀਕਾ ਕਰੀਏ ਮਤਲਬ ਮੈਕਸਿਮਮ ਦਸੀਏ ਤਾਂ ਮੈਕਸਿਮਮ ਦੇਖੋ ਉਨੇ ਕਿਹਾ ਅਤੁੱਲ ਦੇ ਬਿਹਾਈਂਡ ਕਿੰਨੇ ਬੱਚੇ ਨੇ 19 ਅਤੁੱਲ ਦੇ ਬਿਹਾਈਂਡ 19 ਬੱਚੇ ਨੇ ਉਹ ਆਪ ਕੀ ਹੋ ਗਿਆ ਵਿਵਾ ਬਿਹਾਈਂਡ ਹੁੰਦਾ ਹੈ ਪਿੱਛੇ ਆਪ ਕੀ ਹੋ ਗਿਆ ਵਿਵਾ ਅੱਗੇ ਉਹਨੇ ਕੀ ਕਿਹਾ ਚਤੁਰ ਦੇ ਅਹੈਡ ਤਿੰਨ ਬੱਚੇ ਨੇ ਚਤੁਰ ਦੇ ਅਹੈਡ ਕਿੰਨੇ ਬੱਚੇ ਨੇ ਤਿੰਨ ਤਾਂ ਚਤੁਰ ਕਿੰਨਾ ਹੋ ਗਿਆ 4 ਚਤੁਰ ਦੇ ਇੱਧਰ ਕਿੰਨੇ ਬੱਚੇ ਹੋ ਗਏ ਤਿੰਨ ਹੁਣ ਚਤੁਰ ਆ ਗਿਆ ਅਤੁੱਲ ਆ ਗਿਆ ਐ ਮੈਂ ਤੁਹਾਨੂੰ ਦੱਸ ਰਹੀਆਂ ਮੈਕਸਮਮ ਅੱਗੇ ਉਹਨੇ ਕਿਹਾ ਤਾਂ ਬਿੰਨੀ ਤੇ ਚਤੁਰ ਦੇ ਵਿੱਚ 8 ਨੇ ਹੁਣ ਜੇ ਮੈਂ ਬਿੰਨੀ ਨੂੰ ਇੱਥੇ ਬਣਾਦਾ ਬਿੰਨੀ ਤੇ ਚਤੁਰ ਦੇ ਵਿੱਚ 8 ਬਿੰਨੀ ਤੇ ਅਤਲ ਦੇ ਵਿੱਚ 5 ਆ ਗਿਆ ਆਪਣੇ ਮੈਕਸਿਮਮ ਬੱਚੇ ਮੈਕਸਿਮਮ ਬੱਚੇ 3 1 ਚਤੁਰ 8 1 ਬਿੰਨੀ 5 1 ਅਤਲ 19 ਆ ਜਾਣਗੇ ਆਪਣੇ ਕੋਲ ਮੈਕਸਿਮਮ 4 8 12 13 13 5 18 19 19 ਤੇ 19 38 ਆਪਣੇ ਕੋਲ ਮੈਕਸਿਮਮ ਖੁੱਲੇ ਡੁੱਲੇ ਬੱਚੇ ਬਣਾਏ ਤਾਂ ਕਿੰਨੇ ਆ ਗਏ 38 ਪਰ ਸਾਡੇ ਕੁਐਸਚਨ ਚ ਕੀ ਕਿਹਾ ਮਿਨਿਮਮ ਘੱਟ ਤੋਂ ਘੱਟ ਦੱਸੋ ਹੁਣ ਘੱਟ ਤੋਂ ਘੱਟ ਦੱਸਣ ਲਈ ਚਤੁਰ ਦੇ ਅਹੈਡ 3 ਨੇ ਅਤੁਲ ਦੇ ਬਿਹਾਈਂਡ 19 ਨੇ ਹੁਣ ਮੈਂ ਘੱਟ ਤੋਂ ਘੱਟ ਬਣਾਉਣ ਲਈ ਬਿੰਨੀ ਨੂੰ ਇੱਧਰ ਲੈ ਕੇ ਜਾਵਾਂਗੀ ਜਾਂ ਬਿੰਨੀ ਨੂੰ ਇੱਧਰ ਹੁਣ ਸਾਨੂੰ ਕਿਹਾ ਬਿੰਨੀ ਤੇ ਚਤੁਰ ਦੇ ਵਿੱਚ 8 ਬੰਦੇ ਨੇ ਤਾਂ ਬਿੰਨੀ ਇੱਧਰ ਤਾਂ ਆਈ ਨਹੀਂ ਸਕਦਾ ਕਿਉਂਕਿ ਇੱਧਰ ਤਾਂ ਦੋ ਹੀ ਬੰਦੇ ਨੇ ਠੀਕ ਹੈ ਬਿੰਨੀ ਨੂੰ ਮੈਂ ਵਿਚਕਾਰ ਨਹੀਂ ਲਾਉਂਗੀ ਬਿੰਨੀ ਨੂੰ ਓਵਰਲੈਪ ਉਧਰ ਲੈ ਕੇ ਜਾਉਂਗੀ ਓਵਰਲੈਪ ਦਾ ਕੇਸ ਕਹਿੰਦੇ ਇਹਨੂੰ ਬਿੰਨੀ ਆ ਗਈ ਇੱਧਰ ਜਾਂ ਆ ਗਿਆ ਹੁਣ ਬਿੰਨੀ ਦੇ ਚਤੁਰ ਦੇ ਵਿੱਚ 8 ਬੰਦੇ ਨੇ ਅੱਗੇ ਉਹਨੇ ਕੀ ਕਿਹਾ ਅਤੁਲ ਤੇ ਬਿੰਨੀ ਦੇ ਵਿੱਚ 5 ਨੇ ਹੁਣ ਅਤੁਲ ਤੇ ਬਿੰਨੀ ਦੇ ਵਿੱਚ 5 ਆ 5 ਬੰਦੇ ਹੋ ਗਏ ਦੇ ਵਿੱਚ 6ਵਾ ਹੋ ਗਿਆ ਅਤੁਲ ਦੋ ਬੱਚੇ ਹੋਰ ਆ ਗਏ ਕਿਉਂਕਿ ਚਤੁਰ ਤੇ ਬਿੰਨੀ ਦੇ ਵਿੱਚ 8 ਬਣਾਣੇ ਆ 5 ਆ ਹੋ ਗਏ ਬਿੰਨੀ ਤੇ ਅਤੁਲ ਦੇ ਵਿੱਚ 6ਾਂ ਅਤੁਲ ਹੋ ਗਿਆ 2 ਹੋਰ ਆ ਗਏ ਤੇ ਚਤੁਰ ਦੇ ਬਿੰਨੀ ਵਿੱਚ 8 ਹੋ ਗਏ ਹੁਣ ਮਿਨੀਮਮ ਦੱਸਣ ਲਈ 2 1 ਚਤੁਰ 2 plus 1 ਅਤੁਲ ਹੁਣ ਅਤੁਲ ਦੇ ਬਿਹਾਈਂਡ 19 ਨੇ ਜਿਹਦੇ ਵਿੱਚ ਬਿੰਨੀ ਵੀ ਆ ਗਿਆ ਅਤੁਲ ਦੇ ਪਿੱਛੇ ਕਿੰਨੇ ਨੇ 19 ਉਹਦੇ ਵਿੱਚ ਬਿੰਨੀ ਵੀ ਆ ਗਿਆ ਤਾਂ ਕਿੰਨੇ ਆ ਗਏ ਟੋਟਲ 3 2 5 5 1 6 6 19 25 ਬੱਚਾ ਆ ਗਿਆ ਕਿੰਨਾ ਬੱਚਾ ਆ ਗਿਆ 25 ਤਾਂ ਮਿਨੀਮਮ ਕਿੰਨੇ ਬੱਚੇ ਹੋਣਗੇ 25 ਦੁਬਾਰਾ ਦੇਖੋ ਚਤੁਰ ਦੇ ਅਹੈਡ 2 ਨੇ ਤੇ ਇੱਧਰ ਆ ਗਿਆ ਅਤੁਲ ਦੇ ਬਿਹਾਈਂਡ 19 ਨੇ ਹੁਣ ਆ ਚਤੁਰ ਤੇ ਬਿਨੀ ਤੇ ਬਿਨੀ ਦੇ ਅਤੁਲ ਦੇ ਵਿੱਚ ਹੁਣ ਬਿਨੀ ਨੂੰ ਇੱਥੇ ਵਿਚਕਾਰ ਨਹੀਂ ਬਣਾਵਾਂਗੇ ਇੱਧਰ ਲੈ ਜਾਾਂਗੇ ਓਵਰਲੈਪ ਤਾਂ ਬਿਨੀ ਉਧਰ ਚਲਾ ਗਿਆ ਬਿਨੀ ਤੇ ਚਤੁਰ ਦੇ ਵਿੱਚ 8 ਸੀਗੇ ਬਿਨੀ ਤੇ ਅਤੁਲ ਦੇ ਵਿੱਚ 5 ਸੀਗੇ ਅੱਜ ਜੇ ਬਿਨੀ ਤੇ ਚਤੁਰ ਦੇ ਵਿੱਚ ਦੇਖੀਏ 8 5 ਆ ਗਏ 6 ਵਾ ਅਤੁਲ ਹੋ ਗਿਆ 2 ਹੋਰ ਆ ਗਏ ਠੀਕ ਹੈ ਤਾਂ ਆਪਣੇ ਕੋਲ ਇੱਧਰ ਪਹਿਲੇ 5 ਦਿੱਤੇ ਹੋਏ ਆ दो प्लस एक चतुर प्लस दो प्लस एक अतुल अतुल के पिछे उन्नी ही ने पांच बिनी जो भी है सब बिच आ जाएगा प्लस उन्नी दो प्लस एक तीन तीन प्लस दो पांच पांच प्लस एक छः छः प्लस उन्नी पच्ची हाँ जी आह वीडियो बहुत फायदेमंद होने वाली है जो तीन न पढ़ोगे चल लास्ट क्वेश्चन है अपना सिटिंग अरेजमेंट का लास्ट बट नॉट द लीसट मैं होर इधर ही विडियोज लैके आती रह सी कर ਹਾਂਜੀ ਆਪਣੇ ਕੋਲ 9 ਬੰਦੇ ਨੇ ਫੇਸਿੰਗ ਦੀ ਸੈਂਟਰ ਬੈਠੇ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਸਰਕਲ ਬਣਾ ਲੈਣਾ ਉਹਦੇ ਵਿੱਚ 9 ਬੰਦੇ ਪੁਆਇੰਟ ਕਰ ਦੇਣੇ ਆ ਬਣ ਗਿਆ 8 9ਵਾਂ ਮੈਂ ਇੱਥੇ ਬਣਾ ਲਿਆ ਭਾਵੇਂ ਜਿੱਥੇ ਮਰਜ਼ੀ ਬਣਾ ਲਓ 9 ਬੰਦੇ ਬਣਾਣੇ L ਇਸ ਸੈਕਿੰਡ ਟੂ ਦੀ ਰਾਈਟ ਆਫ T L ਕਿੱਥੇ ਬੈਠਾ ਹੈ T ਦੇ ਸੈਕਿੰਡ ਰਾਈਟਸ ਆ T ਬਣਾਇਆ ਨੀਵ ਹਮੇਸ਼ਾ ਨੀਚੇ ਤੋਂ ਰੱਖੋ L ਉਹਦੇ ਸੈਕਿੰਡ ਰਾਈਟ ਤੇ ਆ ਤੇ ਇਹ ਆ ਗਿਆ L ਐਂਡ ਜਦ ਵੀ ਆਪਣੇ ਕੋਲ ਐਂਡ ਵਰਡ ਆ ਗਿਆ ਤਾਂ ਕਿਹਦਾ ਜ਼ਿਕਰ ਹੋ ਰਿਹਾ ਸਟਾਰਟਿੰਗ ਦਾ ਐਲ ਦੀ ਗੱਲ ਹੋ ਰਹੀ ਹੈ ਐਲ ਕਿੱਥੇ ਹੈ ਟੀ ਦੇ ਸੈਕੰਡ ਰਾਈਟ ਵਿੱਚ ਤੇ ਐਲ ਹੋਰ ਕਿੱਥੇ ਹੈ ਡਬਲਿਊ ਦੇ ਥਰਡ ਲੈਫਟ ਵਿੱਚ ਡਬਲਿਊ ਦਾ ਥਰਡ ਲੈਫਟ ਹੁਣ ਐਲ ਇੱਕ ਤਾਂ ਇੱਧਰ ਆ ਗਿਆ ਇੱਕ ਡਬਲਿਊ ਦਾ ਥਰਡ ਲੈਫਟ ਹੈ ਹੁਣ ਡਬਲਿਊ ਦਾ ਜੇ ਥਰਡ ਲੈਫਟ ਆ ਤਾਂ ਐਲ ਦਾ ਕੀ ਹੋ ਜਾਊਗਾ ਥਰਡ ਰਾਈਟ ਦੇਖੋ ਜਦੋਂ ਦੋ ਬੰਦੇ ਨਾਲ ਨਾਲ ਬੈਠਦੇ ਨੇ ਇੱਕ ਦਾ ਲੈਫਟ ਹੁੰਦਾ ਤਾਂ ਦੂਜੇ ਦਾ ਆਟੋਮੈਟਿਕਲੀ ਕੀ ਹੋ ਜਾਂਦਾ ਰਾਈਟ ਹੋ ਜਾਂਦਾ ਇੱਕ ਦਾ ਲੈਫਟ ਆ ਤਾਂ ਦੂਜੇ ਦਾ ਰਾਈਟ ਹੁਣ W ਦਾ 3rd ਲੈਫਟ ਹੈ ਤਾਂ L ਦਾ ਕੀ ਹੋ ਜੂਗਾ 3rd ਰਾਈਟ 1 2 3 ਹੁਣ ਚੈੱਕ ਕਰ ਲਓ W ਦਾ 3rd ਲੈਫਟ ਆ ਰਿਹਾ ਆ ਰਿਹਾ H ਇਸ ਸੈਕਿੰਡ ਟੂ ਦਿ ਲੈਫਟ ਆਫ T H ਕਿੱਥੇ ਬਣਾਣਾ ਹੈ T ਦੇ ਸੈਕਿੰਡ ਲੈਫਟ ਚ ਤਾਂ T ਦਾ ਸੈਕਿੰਡ ਲੈਫਟ ਇੱਧਰ ਆ ਗਿਆ H J ਇਸ 4th ਟੂ ਦਿ ਲੈਫਟ ਆਫ M J ਕਿੱਥੇ ਬਣਾਣਾ ਹੈ M ਦੇ 4th ਲੈਫਟ ਚ ਪਰ ਜਿਹੜਾ M ਹੈ ਉਹ L ਦਾ ਨੇਬਰ ਨਹੀਂ ਹੈ ਹੁਣ ਐਮ ਨੇ ਇੱਧਰ ਨਹੀਂ ਆਣਾ ਐਮ ਨੇ ਇੱਧਰ ਨਹੀਂ ਆਣਾ ਹੁਣ ਐਮ ਆ ਸਕਦਾ ਹੈ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਆ ਤਿੰਨ ਜਗ੍ਹਾ ਤੇ ਆ ਸਕਦਾ ਹੁਣ ਐਮ ਨੂੰ ਅਸੀਂ ਬਿਠਾ ਕੇ ਦੇਖਣਾ ਪਏਗਾ ਠੀਕ ਹੈ ਐਮ ਬਿਠਾਵਾਂਗੇ ਫਿਰ ਉਹਦੇ 4th ਲੈਫਟ ਤੇ ਜੇ ਦੇਖਾਂਗੇ ਹੁਣ ਜੇ ਮੈਂ ਐਮ ਨੂੰ ਇੱਥੇ ਬਿਠਾਵਾਂ ਤੇ ਇਹਦਾ 4th ਲੈਫਟ 1 2 3 4 ਜੇ ਨਹੀਂ ਆ ਰਿਹਾ ਐਮ ਨੂੰ ਇੱਥੇ ਬਿਠਾਇਆ ਤੇ ਇਹਦਾ 4th ਲੈਫਟ 1 2 3 4 ਜੇ ਨਹੀਂ ਆ ਰਿਹਾ ਆ ਵੀ ਨਹੀਂ ਹੋਏਗਾ ਐਮ ਫਿਰ ਆਟੋਮੈਟਿਕਲੀ ਕਿਹੜੀ ਜਗ੍ਹਾ ਬਚੀ ਐਮ ਦੀ ਆਈ ਬਚੀ ਜੈਮ ਨੂੰ ਇੱਥੇ ਵੜਾਈਏ ਤਾਂ ਇਹਦਾ ਫੋਰਥ ਲੈਫਟ 1 2 3 4 ਜੇ ਆ ਗਿਆ ਠੀਕ ਹੈ ਜੇ ਆ ਗਿਆ ਅੱਗੇ ਉਹਨੇ ਕੀ ਕਿਹਾ ਐਫ ਇਜ਼ ਟੂ ਦੀ ਇਮੀਡੀਏਟ ਲੈਫਟ ਆਫ ਜੇ ਐਫ ਕਿੱਥੇ ਬੈਠਾ ਹੈ ਜੇ ਦੇ ਇਮੀਡੀਏਟ ਲੈਫਟ ਜੇ ਦਾ ਇਮੀਡੀਏਟ ਲੈਫਟ ਥੱਲੇ ਆ ਗਿਆ ਐਫ ਜੇ ਦਾ ਇਮੀਡੀਏਟ ਲੈਫਟ ਫਿਰ ਉਹਨੇ ਕੀ ਕਿਹਾ ਡੀ ਇਜ਼ ਨਾਟ ਨੇਬਰ ਆਫ ਡਬਲਯੂ ਡੀ ਡਬਲਯੂ ਦਾ ਪੜੋਸੀ ਨਹੀਂ ਹੈ ਤਾਂ ਡੀ ਨੇ ਇੱਧਰ ਨਹੀਂ ਆਣਾ ਉੰਡੀ ਦੀ ਜਿਹੜੀ ਜਗ੍ਹਾ ਬਚ ਗਈ ਆਵਲੀ ਤੇ ਡੀ ਇੱਥੇ ਆ ਗਿਆ ਡੀ ਨੇ ਉੱਥੇ ਨਹੀਂ ਆਣਾ ਡੀ ਇੱਥੇ ਆ ਗਿਆ ਹੁਣ ਕੁਐਸਚਨ ਚ ਕੀ ਕਹਿ ਰਿਹਾ ਕੁਐਸਚਨ ਪੜ੍ਹਦੇ ਆ ਤਿੰਨ ਕੁਐਸਚਨ ਨੇ ਆਪਣੇ ਕੋਲ ਹੁਣ ਇੱਥੇ ਪਹਿਲੇ ਬੰਦਾ ਵੜਾ ਲਿਆ ਕਿਹੜਾ ਰਹਿ ਗਿਆ ਹਮੇਸ਼ਾ ਉਹ ਕੀ ਕਰਦਾ 9 ਬੰਦੇ ਨੇ 8 ਦੱਸ ਦਿੰਦਾ ਇੱਕ ਭੁੱਲ ਜਾਂਦਾ ਉਹ ਕਹਿੰਦਾ ਆਪੇ ਲੱਭੋ ਟਾਈਮ ਵੇਸਟ ਕਰੋ ਹਨਾ ਐਚ ਆ ਗਿਆ ਕੇ ਆ ਗਿਆ ਕੇ ਆਇਆ ਕੇ ਨਹੀਂ ਆਇਆ ਤਾਂ ਆਪਣਾ ਆਹ ਬੰਦਾ ਕਿਹੜਾ ਆ ਕੇ ਚਲ ਕੁਐਸਚਨ ਨੰਬਰ 23 who is sitting second to the right of d d ਦੇ ਸੈਕਿੰਡ ਰਾਈਟ ਤੇ ਕੌਣ ਆ ਹੁਣ d ਦਾ ਸੈਕਿੰਡ ਰਾਈਟ ਪਹਿਲਾ ਰਾਈਟ ਦੂਜਾ ਰਾਈਟ ਕੌਣ ਆ ਗਿਆ f ਤਾਂ 23 ਦਾ ਅਨਸਰ ਕੀ ਆ ਗਿਆ f 24 ਚ ਕਹਿ ਰਿਹਾ ਹੈ h ਦੇ ਇਮੀਡੀਏਟ ਲੈਫਟ ਤੇ ਕੌਣ ਬੈਠਾ ਹੈ ਹਾਂਜੀ h ਦਾ ਇਮੀਡੀਏਟ ਲੈਫਟ ਤਾਂ h ਦਾ ਇਮੀਡੀਏਟ ਲੈਫਟ ਕੌਣ ਹੈ k ਤਾਂ h ਦਾ ਇਮੀਡੀਏਟ ਲੈਫਟ ਕੌਣ ਹੈ k ਤਾਂ ਆਪਣਾ 24 ਦਾ ਅਨਸਰ ਕੀ ਆ ਗਿਆ k ਆ ਰ ਲੱਗਦਾ ਅਗਲੇ ਕੁਐਸਚਨ ਚ ਕਹਿ ਰਿਹਾ ਚਾਰ ਇੱਕੋ ਜਿਹੇ ਨੇ ਇੱਕ ਵੱਖਰਾ ਆ ਤੇ ਕਿਹੜਾ ਵੱਖਰਾ ਹੈ ਕਲਾਸੀਫਿਕੇਸ਼ਨ ਟਾਈਪ ਹੁਣ ਆਪਾਂ ਚੈੱਕ ਕਰਦੇ ਆ ਐਮ ਡੀ ਟੀ ਐਮ ਡੀ ਟੀ ਮਤਲਬ ਜਿਹੜਾ ਪਹਿਲੇ ਵਾਲਾ ਆ ਉਹ ਸਾਈਡ ਤੇ ਆ ਟੀ ਸੈਂਟਰ ਚ ਆ ਅਗਲਾ ਕੀ ਹੈ ਕੇ ਡਬਲਯੂ ਐਚ ਹੁਣ ਕੇ ਡਬਲਯੂ ਐਚ ਕੇ ਡਬਲਯੂ ਐਚ ਜੇ ਆਪਾਂ ਦੇਖੀਏ ਸੈਂਟਰ ਤੇ ਆ ਰਿਹਾ ਫਰਸਟ ਵਾਲਾ ਸੈਂਟਰ ਤੇ ਆ ਅਗਲਾ ਚੈੱਕ ਕਰਦੇ ਆ ਐਫ ਐਲ ਜੇ ਐਫ ਐਲ ਜੇ ਫੇਰ ਪਹਿਲੇ ਵਾਲਾ ਕੀ ਆ ਰਿਹਾ ਸੈਂਟਰ ਚ ਆ ਰਿਹਾ ਅਗਲਾ ਚੈੱਕ ਕਰਦੇ ਆ ਡੀਟੀਐਲ ਹੁਣ ਡੀ ਡੀਟੀ ਤੇ ਐਲ ਦੇ ਵਿੱਚਕਾਰ ਆ ਰਿਹਾ ਆ ਰਿਹਾ ਤਾਂ ਆਪਣਾ ਕਿਹੜਾ ਆਡ ਵਨ ਆਊਟ ਹੋ ਜਾਏਗਾ ਐਮ ਡੀਟੀ ਐਮ ਡੀਟੀ ਚ ਪਹਿਲਾ ਵੱਖਰੇ ਪਹਿਲੇ ਵਾਲਾ ਸੈਂਟਰ ਚ ਨਹੀਂ ਆ ਰਿਹਾ ਕਲੀਅਰ ਹਾਂਜੀ ਇਹਦੇ ਨਾਲ ਹੀ ਆਪਾਂ ਐਂਡ ਕਰਦੇ ਆ ਕਲਾਸ ਦਾ ਇਦਾਂ ਹੀ ਮੈਂ ਹੋਰ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੀ ਰਵਾਂਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਬੈਲ ਆਈਕਨ ਨੂੰ ਪ੍ਰੈਸ ਨਾ ਕਰਿਓ ਔਰ ਸੌਰੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਭੁੱਲ ਨਾ ਜਾਈਓ ਹਾਂਜੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਡੇ ਦੋ ਕੋਰਸੇ ਸਟਾਰਟ ਹੋਣ ਵਾਲੇ ਨੇ ਪਹਿਲਾ ਕੋਰਸ ਮਾਸਟਰਸ ਕੋਰਸ 25000 ਵੈਕੈਂਸੀਜ਼ ਵਾਲਾ ਪੰਜਾਬ ਦਾ ਜਿਹੜਾ ਬੈਚ ਆ ਆਪਣਾ ਲਾਈਵ ਜਾਂ ਤੁਸੀਂ ਰਿਕਾਰਡਡ ਵੀ ਲੈ ਸਕਦੇ ਹੋ ਦੀ ਰਿਕਾਰਡਿੰਗਸ ਵੀ ਦੇਖ ਸਕਦੇ ਹੋ ਜੇ ਤੁਹਾਡੇ ਕੋਲ ਟਾਈਮ ਨਹੀਂ ਹੈ ਸ਼ਾਮ ਦਾ ਟਾਈਮ ਹੈ 5 ਤੋਂ 8 25000 ਜਿਹੜੀਆਂ ਪੋਸਟਾਂ ਆਉਣ ਵਾਲੀਆਂ ਸਾਰੇ ਪੰਜਾਬ ਦੇ ਪੇਪਰਾਂ ਨੂੰ ਕ੍ਰੈਕ ਕਰਵਾਵਾਂਗੇ ਤੇ ਬੈਚ ਆਪਣਾ 6 ਮਹੀਨੇ ਲਈ ਤੁਸੀਂ انرੋਲਡ ਹੋ ਜਾਓਗੇ ਫੀਸ ਵੀ ਬਹੁਤ ਹੀ ਮਿਨਿਮਲ ਆ ਉਹਦਾ ਡਿਸਕ੍ਰਿਪਸ਼ਨ ਬਾਕਸ ਤੇ ਤੁਹਾਨੂੰ ਦਿੱਤਾ ਹੋਇਆ ਤੇ ਸਾਡੇ ਟੈਲੀਗ੍ਰam ਗਰੁੱਪ 'ਚ ਤੁਹਾਨੂੰ ਇਹਦੀ ਪੀਡੀਐਫ ਵੀ ਮਿਲ ਜਾਊਗੀ ਤੇ ਨਾਲ ਹੀ ਆਪਾਂ 25 April ਤੋਂ ਨੈਪ ਤਹਿਸੀਲਦਾਰ ਲਈ ਕਰੰਟ ਅਫੇਅਰਸ ਦੀ ਬੈਚੇਸ ਵੀ ਲੈ ਕੇ ਆ ਰਹੇ ਆ ਲਾਈਵ ਕੋਰਸ ਵੀ ਲੈ ਸਕਦੇ ਹੋ ਨੋਟਸ ਵੀ ਲੈ ਸਕਦੇ ਹੋ ਤੇ ਛੇਤੀ ਤੋਂ ਛੇਤੀ ਸਾਡੇ ਨਾਲ انرੋਲ ਕਰੋ ਤੇ ਸਾਡੇ ਚੈਨਲ ਨੂੰ ਇੰਜੋਏ ਕਰੋ ਤੇ ਪੜਦੇ ਰਹੋ ਧੰਨਵਾਦ